ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗਿਆਨਮ ਦੇ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ ਪੰਜਾਬ ਜੀ ਕੇ ਦਾ 87th ਮੌਕ ਸੋਲਵ ਕਰਨ ਲੱਗੇ ਆ, ਸ਼ੁਰੂ ਕਰਦੇ ਆ ਜੀ। ਪਹਿਲਾ ਕੁਐਸਚਨ ਆਇਆ, ਡੈਸ਼ ਇਜ਼ ਨੋਟ ਏ ਟਾਈਪ ਆਫ ਡਾਂਸ ਆਫ ਪੰਜਾਬ ਬਟ ਇਜ਼ ਏ ਟਾਈਪ ਆਫ ਡੈਸ਼। ਮਤਲਬ ਇਹਨਾਂ ਦੇ ਵਿੱਚੋਂ ਕਿਹੜਾ ਪੰਜਾਬ ਦਾ ਇੱਕ ਲੋਕ ਨਾਚ ਨਹੀਂ ਹੈ, ਜੇ ਨਹੀਂ ਹੈ ਤਾਂ ਉਹ ਕੀ ਹੈ? ਪਹਿਲਾ ਹੈ ਜੀ ਆਪਸ਼ਨ ਝੂਮਰ, ਲੁੱਡੀ, ਜੁੱਲੀ ਜਾਂ ਚੌਪ। ਬੇਸਿਕਲੀ ਕੀ ਹੈ ਜੀ, ਤੁਸੀਂ ਇੱਥੋਂ ਦੀ ਹੀ ਆਈਡੀਆ ਲਗਾ ਸਕਦੇ ਹੋ, ਆਪਾਂ ਨੂੰ ਸੈਕਿੰਡ ਵੱਲ ਤਾਂ ਜਾਣ ਦੀ ਜ਼ਰੂਰਤ ਹੀ ਨਹੀਂ। ਝੂਮਰ ਵੀ ਤੁਸੀਂ ਦੇਖਿਆ ਹੋਣਾ, ਜਿਹੜਾ ਹੈ ਆਪਾਂ ਆਪਣੇ ਪੰਜਾਬ ਦੇ ਫੋਕ ਡਾਂਸਿਸ ਵਗੈਰਾ ਕਰਦੇ ਹੈਗੇ ਆ, ਤਾਂ ਝੂਮਰ ਵੀ ਡਾਂਸ ਹੈਗਾ, ਲੁੱਡੀ ਵੀ ਹੈਗਾ, ਜੁੱਲੀ ਵੀ ਹੈਗਾ। ਤਾਂ ਬੇਸਿਕਲੀ ਇੱਥੇ ਕੀ ਲਿਖਿਆ ਹੋਇਆ, ਨੋਟ ਏ ਟਾਈਪ ਆਫ ਡਾਂਸ, ਮਤਲਬ ਇਹ ਤਿੰਨ ਤਾਂ ਡਾਂਸ ਹੈਗੇ ਨੇਗੇ। ਤਾਂ ਆਪਸ਼ਨ ਕਿਹੜਾ ਬਚਿਆ ਆਪਣੇ ਕੋਲ? ਆਪਸ਼ਨ ਨੰਬਰ ਡੀ। ਤਾਂ ਆਪਣਾ ਸਹੀ ਆਂਸਰ ਕੀ ਹੋਏਗਾ ਇਹ ਆਪਸ਼ਨ ਦਾ? ਆਪਸ਼ਨ ਨੰਬਰ ਡੀ, ਠੀਕ ਹੈ ਜੀ। ਤਾਂ ਇਹ ਕੀ ਹੈਗਾ, ਇਹ ਇੱਕ ਤਰ੍ਹਾਂ ਦਾ ਆਪਣਾ ਡਾਂਸ ਨਹੀਂ ਹੈਗਾ, ਅਤੇ ਕੀ ਹੈਗਾ ਇੱਕ ਆਪਣਾ ਇਹ ਕਰਾਫਟ ਹੈਗਾ, ਠੀਕ ਹੈ ਜੀ। ਨੈਕਸਟ ਆਇਆ, ਵਿਚ ਆਫ ਦਾ ਫੋਲੋਇੰਗ ਸਿੰਗਰ ਇਜ਼ ਪੋਪੂਲਰਲੀ ਨੋਨ ਐਜ ਨਾਈਟਿੰਗਲ ਆਫ ਪੰਜਾਬ। ਇਹਨਾਂ ਦੇ ਵਿੱਚੋਂ ਆਪਸ਼ਨਸ ਦੇ ਵਿੱਚੋਂ ਕਿਹਨਾਂ ਨੂੰ ਜਿਹੜਾ ਹੈ ਪੰਜਾਬ ਦੀ ਕੋਇਲ ਕਿਹਾ ਜਾਂਦਾ ਹੈਗਾ? ਤੁਸੀਂ ਨਾਈਟਿੰਗਲ ਆਫ ਇੰਡੀਆ ਦੇ ਬਾਰੇ ਸੁਣਿਆ ਹੋਣਾ ਜੀ, ਨਾਈਟਿੰਗਲ ਆਫ ਇੰਡੀਆ ਜਿਹੜਾ ਹੈ ਸਰੋਜਨੀ ਨਾਇਡੂ ਨੂੰ ਕਿਹਾ ਜਾਂਦਾ ਹੈਗਾ, ਠੀਕ ਹੈ। ਉਵੇਂ ਵੀ ਪੰਜਾਬ ਦੀ ਕੋਇਲ ਕਿਹਨੂੰ ਕਿਹਾ ਜਾਂਦਾ ਹੈਗਾ? ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਨੂਰ ਜਹਾਂ, ਚਿਤਰਾ ਸਿੰਘ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ ਬੀ, ਸੁਰਿੰਦਰ ਕੌਰ। ਸੁਰਿੰਦਰ ਕੌਰ ਦਾ ਤੁਸੀਂ ਦੇਖਿਆ ਹੋਣਾ ਜੀ, ਕਾਫੀ ਲੰਬਾ ਜਿਹੜਾ ਹੈ ਸਿੰਗਿੰਗ ਕਰੀਅਰ ਹੈਗਾ, ਜਿੰਨੇ ਵੀ ਆਪਣੇ ਪੰਜਾਬ ਦੇ ਵਿਰਸੇ ਦੇ ਗਾਣੇ ਨੇਗੇ ਤੁਸੀਂ ਸੁਣੇ ਹੀ ਹੋਣੇ ਨੇ ਜੀ। ਮਤਲਬ ਹੈ ਨਾ, ਕਾਫੀ ਮਤਲਬ ਅੰਮ੍ਰਿਤਸਰੀਆ ਮੁੰਡਿਆਂ, ਕੱਚੀਆਂ ਗਲੀਆਂ ਤੋੜੀਆਂ, ਮਤਲਬ ਕਾਫੀ ਸਾਰੇ ਗਾਣੇ ਨੇ ਜਿਹੜੇ ਅੱਜ ਦੇ ਟਾਈਮ 'ਚ ਵੀ ਚੱਲਦੇ ਆ ਰਹੇ ਨੇ, ਉਹ ਸੁਰਿੰਦਰ ਕੌਰ ਜੀ ਦੁਆਰਾ ਹੀ ਗਾਏ ਗਏ ਨੇਗੇ। ਅਤੇ ਇੱਕ ਜਿਵੇਂ ਆਪਣੇ ਭਾਰਤ ਦਾ ਸਭ ਤੋਂ ਉੱਚਾ ਜਿਹੜਾ ਸਿਵਲ ਅਵਾਰਡ ਹੈਗਾ ਉਹ ਹੈਗਾ ਜੀ ਭਾਰਤ ਰਤਨ। ਉਵੇਂ ਤੁਸੀਂ ਦੇਖਿਆ ਹੋਣਾ ਹੈਗਾ ਵੀ ਇੱਕ ਪੰਜਾਬ ਰਤਨ ਕਰਕੇ ਅਵਾਰਡ ਵੀ ਜਿਹੜਾ ਹੈ ਪੰਜਾਬ ਗਵਰਨਮੈਂਟ ਨੇ ਦੇਣਾ ਸ਼ੁਰੂ ਕੀਤਾ ਸੀ, ਇਹਨਾਂ ਨੂੰ ਉਹ ਵੀ ਮਿਲਿਆ ਹੋਇਆ ਹੈਗਾ। ਨੈਕਸਟ ਚੱਲਦੇ ਹਾਂ ਜੀ, ਦਾ ਵੇਦਾਸ ਵਰ ਕੰਪੋਜ਼ਡ ਔਨ, ਜਿਹੜੇ ਆਪਣੇ ਚਾਰ ਵੇਦ ਲਿਖੇ ਗਏ ਨੇ। ਪਹਿਲਾਂ ਤਾਂ ਵੇਦ ਕਿਹੜੇ ਕਿਹੜੇ ਨੇ? ਰਿਗਵੇਦ, ਸਾਮਵੇਦ, ਯਜੁਰਵੇਦ ਤੇ ਅਥਰਵਵੇਦ, ਠੀਕ ਹੈ। ਵੀ ਇਹ ਚਾਰ ਵੇਦ ਨੇ ਜਿਹੜੇ, ਇਹ ਕਿੱਥੇ ਲਿਖੇ ਗਏ ਨੇ? ਔਨ ਦਾ ਬੈਂਕ ਆਫ ਰਿਵਰਸ ਆਫ ਪੰਜਾਬ, ਗੰਗਾ ਰਿਵਰ, ਯਮੁਨਾ ਰਿਵਰ ਜਾਂ ਸਰਸਵਤੀ ਰਿਵਰ। ਤਾਂ ਇਸ ਦੇ ਵਿੱਚ ਸਹੀ ਆਂਸਰ ਹੋਇਆ ਜੀ ਆਪਸ਼ਨ ਨੰਬਰ ਏ, ਔਨ ਦਾ ਰਿਵਰਸ ਆਫ ਪੰਜਾਬ। ਜਿਹੜਾ ਗੰਗਾ ਰਿਵਰ ਹੈਗਾ, ਗੰਗਾ ਅਤੇ ਯਮੁਨਾ ਦਾ ਤਾਂ ਜ਼ਿਕਰ ਹੀ ਬਹੁਤ ਘੱਟ ਵਾਰ ਆਉਂਦਾ ਜੀ, ਅਤੇ ਸਰਸਵਤੀ ਰਿਵਰ ਹੈ ਜਿਹੜੀ, ਇਹ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਟ ਰਿਵਰ ਹੁੰਦੀ ਹੈਗੀ ਹੈ, ਸਭ ਤੋਂ ਜ਼ਿਆਦਾ ਪਵਿੱਤਰ ਨਦੀ ਜਿਹਨੂੰ ਦੱਸਿਆ ਗਿਆ ਹੈਗਾ ਵੇਦਾਂ ਦੇ ਵਿੱਚ, ਉਹ ਸਰਸਵਤੀ ਨਦੀ ਹੈ। ਨੈਕਸਟ ਆਇਆ ਜੀ, ਇਨ ਦਾ ਪੰਜਾਬ ਦਾ ਮੈਕਸੀਮਮ ਨੰਬਰ ਆਫ ਮਿਨਿਸਟਰਸ ਕੈਨ ਬੀ, ਪੰਜਾਬ ਦੇ ਵਿੱਚ ਮੰਤਰੀਆਂ ਦੀ ਗਿਣਤੀ ਕਿੰਨੀ ਹੋ ਸਕਦੀ ਹੈ? 7 ਇਨਕਲੂਡਿੰਗ CM, 18 ਇਨਕਲੂਡਿੰਗ CM, ਬੀ ਇਨਕਲੂਡਿੰਗ CM ਐਂਡ ਗਵਰਨਰ ਐਂਡ ਬਾਈ ਐਕਸਕਲੂਡਿੰਗ CM। ਹੁਣ ਪਹਿਲੀ ਗੱਲ ਤਾਂ ਇੱਕ ਚੀਜ਼ ਦੇਖੋ ਜੀ, ਤੁਹਾਨੂੰ ਜੇ ਸਟੇਟ ਐਗਜੀਕਿਊਟਿਵ ਬਾਰੇ ਪੜ੍ਹਿਆ ਹੋਏਗਾ, ਪਹਿਲਾਂ ਤਾਂ ਮੰਤਰੀਆਂ ਦੇ ਵਿੱਚ ਜਿਹੜਾ ਹੈ, ਹੁਣ ਗਵਰਨਰ ਤਾਂ ਜਿਹੜਾ ਹੈ ਇਹ ਸੈਂਟਰ ਦੁਆਰਾ ਅਪੁਆਇੰਟ ਕੀਤਾ ਜਾਂਦਾ ਹੈਗਾ, ਠੀਕ ਹੈ। ਅਤੇ ਕਾਊਂਸਿਲ ਆਫ ਮਿਨਿਸਟਰ ਦੇ ਵਿੱਚ ਇਹ ਤਾਂ ਹੁੰਦਾ ਹੀ ਨਹੀਂ ਹੈਗਾ, ਤਾਂ ਪਹਿਲੀ ਤਾਂ ਇਹ ਆਪਸ਼ਨ ਆਪਣੀ ਜਿਹੜੀ ਹੈ ਕੈਂਸਲ ਹੋ ਗਈ, ਠੀਕ ਹੈ। ਤਾਂ ਗਵਰਨਰ ਜਦ ਆਪਣਾ ਮੈਂਬਰ ਹੈ ਹੀ ਨਹੀਂ ਗਾ, ਤਾਂ ਇਹ ਆਪਸ਼ਨ ਕੈਂਸਲ ਹੋਈ ਜੀ। ਹੁਣ ਤੁਹਾਨੂੰ ਇੱਕ ਚੀਜ਼ ਦਾ ਪਤਾ ਹੋਣਾ ਜੀ, ਪੋਲਿਟੀ ਦੇ ਵਿੱਚ ਤੁਸੀਂ 91st ਅਮੈਂਡਮੈਂਟ ਦੇ ਬਾਰੇ ਪੜ੍ਹਿਆ ਹੋਣਾ। ਇਹਦੇ ਵਿੱਚ ਕੀ ਕਿਹਾ ਗਿਆ ਸੀ ਵੀ ਜਿੰਨੀ ਆਪਣੀ ਟੋਟਲ ਸਟਰੈਂਥ ਹੋਏਗੀ ਹਾਊਸ ਦੀ, ਉਹਦੇ 15% ਮੈਂਬਰ ਹੀ ਜਿਹੜੇ ਨੇਗੇ ਉਹ ਕਾਊਂਸਿਲ ਆਫ ਮਿਨਿਸਟਰ ਦਾ ਪਾਰਟ ਬਣ ਸਕਦੇ ਨੇਗੇ। ਤਾਂ ਹੁਣ ਪੰਜਾਬ ਦੇ ਤੁਹਾਨੂੰ MLAs ਦਾ ਨੰਬਰ ਪਤਾ ਜੀ 117, ਜਦੋਂ ਤੁਸੀਂ ਇਹਨਾਂ ਦਾ 15% ਕਰੋਗੇ ਤਾਂ ਤੁਹਾਡੇ ਲਵੇ ਜਿਹੜਾ ਨੰਬਰ ਨਿਕਲ ਕੇ ਆਊਗਾ ਉਹ ਆਊਗਾ ਜੀ ਆਪਣਾ 18। ਅਤੇ ਇੱਥੇ ਇੱਕ ਵਰਡ ਦਾ ਧਿਆਨ ਰੱਖਿਓ ਜੀ, ਇੱਥੇ ਲਿਖਿਆ ਹੋਇਆ ਇਨਕਲੂਡਿੰਗ CM,
ਇੰਕਲੂਡਿੰਗ ਸੀ ਐਮ ਮਤਲਬ ਸੀ ਐਮ ਨੂੰ ਸ਼ਾਮਿਲ ਕਰਕੇ, ਠੀਕ ਹੈ ਜੀ। ਜੇ ਇੱਥੇ ਐਕਸਕਲੂਡਿੰਗ ਸੀ ਐਮ ਆ ਜਾਂਦਾ ਤਾਂ ਉਹੀ ਆਪਣੀ ਆਪਸ਼ਨ ਫਿਰ 17 ਐਕਸਕਲੂਡਿੰਗ ਸੀ ਐਮ ਹੋ ਜਾਂਦੀ। ਤਾਂ ਇਸਦਾ ਸਹੀ ਆਂਸਰ ਹੋਏਗਾ ਜੀ ਆਪਸ਼ਨ ਨੰਬਰ ਬੀ, ਆਪਣਾ 18 ਇੰਕਲੂਡਿੰਗ ਸੀ ਐਮ। ਪੰਜਾਬ ਦੇ ਵਿੱਚ ਮੰਤਰੀਆਂ ਦੀ ਜਿਹੜੀ ਗਿਣਤੀ ਆ ਉਹ 18 ਹੋ ਸਕਦੀ ਹੈ, ਠੀਕ ਹੈ ਜੀ। ਹੂ ਅਮੰਗ ਦਾ ਫੋਲੋਇੰਗ ਵਾਜ਼ ਦਾ ਫਸਟ ਅਕਾਲੀ ਸੀ ਐਮ ਆਫ ਪੰਜਾਬ, ਪੰਜਾਬ ਦੇ ਵਿੱਚ ਅਕਾਲੀ ਦਲ ਦਾ ਪਹਿਲਾ ਮੁੱਖ ਮੰਤਰੀ ਕਿਹੜਾ ਜੀ? ਤਾਂ ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਲਛਮਣ ਸਿੰਘ ਗਿੱਲ, ਗਿਆਨੀ ਕਰਤਾਰ ਸਿੰਘ, ਜਸਟਿਸ ਗੁਰਨਾਮ ਸਿੰਘ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ ਡੀ, ਜਸਟਿਸ ਗੁਰਨਾਮ ਸਿੰਘ। ਇਹ ਵੀ ਕੁਸ਼ਚਨ ਆ ਸਕਦਾ ਜੀ ਕਿ ਕਿਹੜੇ ਪੰਜਾਬ ਦੇ ਮੁੱਖ ਮੰਤਰੀ ਦੀ ਡੈਥ ਹੈ ਜਿਹੜੀ ਉਹ ਪਲੇਨ ਕਰੈਸ਼ ਜਾਂ ਏਅਰ ਕਰੈਸ਼ ਦੇ ਵਿੱਚ ਹੋਈ ਹੈਗੀ ਹੈ? ਤਾਂ ਉਸਦਾ ਆਂਸਰ ਵੀ ਜਿਹੜਾ ਹੈ ਜਸਟਿਸ ਗੁਰਨਾਮ ਸਿੰਘ ਹੀ ਹੋਏਗਾ, ਠੀਕ ਹੈ ਜੀ। ਨੈਕਸਟ ਚੱਲਦੇ ਹਾਂ। ਐਨ ਐਕਟ ਟੂ ਮੈਨੇਜ ਦਾ ਗੁਰਦੁਆਰਾਜ਼ ਇਨ ਪੰਜਾਬ ਵਾਜ਼ ਪਾਸਡ ਇਸ ਡੈਸ਼ ਐਂਡ ਵਾਜ਼ ਓਰੀਜਨਲੀ ਕਾਲਡ। ਪੰਜਾਬ ਦੇ ਵਿੱਚ ਜਿਹੜੇ ਆਪਣਾ ਗੁਰਦੁਆਰਾ ਸੁਧਾਰ ਲਹਿਰ ਚੱਲਦੀ ਹੈਗੀ ਹੈ, ਸਿੱਖ ਗੁਰਦੁਆਰਾ ਮੂਵਮੈਂਟ ਚੱਲਦੀ ਹੈਗੀ ਹੈ, ਉਹਦੇ ਲਈ ਜਿਹੜਾ ਹੈ ਇੱਕ ਐਕਟ ਪਾਸ ਕੀਤਾ ਗਿਆ ਹੈਗਾ। ਤਾਂ ਪਹਿਲਾਂ ਤਾਂ ਉਹ ਐਕਟ ਪਾਸ ਕਦੋਂ ਕੀਤਾ ਗਿਆ ਅਤੇ ਉਹ ਐਕਟ ਦਾ ਨਾਮ ਕੀ ਹੈਗਾ? 1920 ਦੇ ਵਿੱਚ ਪੰਜਾਬ ਸਿੱਖ ਗੁਰਦੁਆਰਾ ਐਕਟ, 1921 ਆਲ ਇੰਡੀਆ ਐਸ ਜੀ ਪੀ ਸੀ ਐਕਟ, 1923 ਐਕਟ ਫੋਰ ਮੈਨੇਜਮੈਂਟ ਆਫ ਸਿੱਖ ਪੈਲੇਸਿਸ ਪਲੇਸਿਸ ਆਫ ਵਰਸ਼ਿਪ, 1925 ਸਿੱਖ ਗੁਰਦੁਆਰਾ ਐਕਟ। ਤਾਂ ਇਸਦਾ ਸਹੀ ਆਂਸਰ ਹੈ ਜੀ 1925। ਅਤੇ ਇੱਦਾਂ ਦਾ ਵੀ ਕੁਸ਼ਚਨ ਆਇਆ ਹੋਇਆ ਜੀ ਕਿ ਜਿਹੜਾ ਇਹ ਵਾਲਾ ਐਕਟ ਪਾਸ ਕੀਤਾ ਗਿਆ ਸੀ ਇਹ ਉਸ ਟਾਈਮ ਦੀ ਸੈਂਟਰ ਦੀ ਸਰਕਾਰ ਨੇ ਪਾਸ ਕੀਤਾ ਸੀ ਜਾਂ ਆਪਣੀ ਪ੍ਰੋਵਿੰਸ਼ੀਅਲ ਅਸੈਂਬਲੀ ਨੇ ਪਾਸ ਕੀਤਾ ਸੀ, ਮਤਲਬ ਪੰਜਾਬ ਸਰਕਾਰ ਨੇ ਪਾਸ ਕੀਤਾ ਸੀ? ਤਾਂ ਇਸਦਾ ਸਹੀ ਆਂਸਰ ਹੋਏਗਾ ਉਹ ਵੀ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਪਾਸ ਕੀਤਾ ਜੀ, ਠੀਕ ਹੈ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ। ਮਾਸਟਰ ਤਾਰਾ ਸਿੰਘ ਵਾਜ਼ ਐਸੋਸੀਏਟਡ ਵਿਦ ਵਿਚ ਆਫ ਦਾ ਫੋਲੋਇੰਗ ਮੂਵਮੈਂਟਸ? ਮਾਸਟਰ ਤਾਰਾ ਸਿੰਘ ਜਿਹੜੇ ਨੇ ਇਹ ਆਪਣੇ ਅਕਾਲੀ ਦਲ ਦੇ ਇੱਕ ਇੰਪੋਰਟੈਂਟ ਲੀਡਰ ਹੋਏ ਨੇ ਅਤੇ ਇਹ ਜਿਹੜਾ ਹੈ ਇੰਡੀਆ ਦੇ ਫਰੀਡਮ ਸਟਰਗਲ 'ਚ ਵੀ ਇਹਨਾਂ ਨੇ ਕਾਫੀ ਵੱਧ ਚੜ੍ਹ ਕੇ ਹਿੱਸਾ ਪਾਇਆ ਗਿਆ। ਤਾਂ ਇਹ ਕਿਹੜੇ ਅੰਦੋਲਨ ਦੇ ਨਾਲ ਜੁੜੇ ਹੋਏ ਸੀਗੇ? ਗਦਰ ਮੂਵਮੈਂਟ, ਪੰਜਾਬੀ ਸੂਬਾ ਮੂਵਮੈਂਟ, ਪੰਜਾਬ ਰਿਆਸਤੀ ਪ੍ਰਜਾ ਮੰਡਲ, ਬੱਬਰ ਅਕਾਲੀ ਮੂਵਮੈਂਟ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ ਬੀ, ਪੰਜਾਬੀ ਸੂਬਾ ਮੂਵਮੈਂਟ। ਇਹਦੀ ਕੀ ਸੀਗਾ ਜੀ ਬੇਸਿਕਲੀ ਡਿਮਾਂਡ ਕਿ ਆਪਾਂ ਨੇ ਜਿਹੜਾ ਹੈ ਪੰਜਾਬ ਨੂੰ ਲੈਂਗੁਏਜ, ਕਿਉਂਕਿ ਨਾ ਜਦੋਂ ਆਪਣੇ ਦੇਸ਼ ਦੀ ਆਜ਼ਾਦੀ ਹੋਈ 1947 ਤੋਂ ਬਾਅਦ, ਤਾਂ ਆਪਣੇ ਪੰਜਾਬ ਨੂੰ ਜਿਹੜਾ ਹੈ ਇੱਕ ਬਾਈਲਿੰਗੁਅਲ ਸਟੇਟ ਡਿਕਲੇਅਰ ਕੀਤਾ ਗਿਆ। ਬਾਈਲਿੰਗੁਅਲ ਮਤਲਬ ਕਿ ਪੰਜਾਬ ਦੀ ਜਿਹੜੀ ਲੈਂਗੁਏਜ ਹੋਊਗੀ ਇੱਕ ਹਿੰਦੀ ਰੱਖੀ ਗਈ, ਇੱਕ ਆਪਣੀ ਪੰਜਾਬੀ ਰੱਖੀ ਗਈ। ਤਾਂ ਬੇਸਿਕਲੀ ਮਾਸਟਰ ਤਾਰਾ ਸਿੰਘ ਨੇ ਇਹ ਡਿਮਾਂਡ ਰੱਖੀ ਕਿ ਪੰਜਾਬੀ ਨੂੰ ਜਿਹੜਾ ਹੈ ਪੰਜਾਬੀ ਸਪੀਕਿੰਗ ਏਰੀਆ ਉਹ ਪੰਜਾਬ ਨੂੰ ਦਿੱਤਾ ਜਾਣਾ ਚਾਹੀਦਾ, ਠੀਕ ਹੈ ਜੀ। ਤਾਂ ਪੰਜਾਬੀ ਸੂਬਾ ਮੂਵਮੈਂਟ ਦੇ ਲਈ ਜਿਹੜਾ ਹੈ ਇਹਨਾਂ ਨੇ ਇਹ ਸਾਰਾ ਕੰਮ ਕੀਤਾ ਹੈਗਾ। ਨੈਕਸਟ ਹੈ ਜੀ, ਹੂ ਅਲੋਂਗ ਵਿਦ ਦਾ ਭੀਮ ਸੈਨ ਸਚਰ ਵਾਜ਼ ਆਰਕੀਟੈਕਟ ਆਫ ਗਿਆਨੀ ਸਚਰ ਫਾਰਮੂਲਾ? ਇਹੀ ਜਿਹੜਾ ਤੁਹਾਨੂੰ ਦੱਸਿਆ ਜੀ ਹੁਣ ਬਾਈਲਿੰਗੁਅਲ ਵਾਲਾ ਕਨਸੈਪਟ ਸੀਗਾ ਵੀ ਆਪਣੇ ਪੰਜਾਬ ਦੇ ਵਿੱਚ ਦੋ ਲੈਂਗੁਏਜਿਸ ਨੂੰ ਜਿਹੜਾ ਹੈ ਮਾਨਤਾ ਦਿੱਤੀ ਜਾਂਦੀ ਹੈਗੀ ਹੈ, ਹਿੰਦੀ ਔਰ ਪੰਜਾਬੀ ਨੂੰ। ਤਾਂ ਉਸਦੇ ਰਿਗਾਰਡਿੰਗ ਜਿਹੜਾ ਹੈ ਇੱਕ ਗਿਆਨੀ ਸਚਰ ਫਾਰਮੂਲਾ ਕੀਤਾ ਜਾਂਦਾ ਹੈਗਾ, ਫਾਰਮੂਲੇਟ। ਇੱਕ ਪਰਸਨ ਦਾ ਨਾਮ ਹੈ ਭੀਮ ਸੈਨ ਸਚਰ ਅਤੇ ਦੂਸਰਾ ਪਰਸਨ ਗਿਆਨੀ ਬਣ ਜਿਹੜਾ ਸੀ ਜਿਹਨਾਂ ਦੇ ਨਾਲ ਇਹ ਫਾਰਮੂਲਾ ਆਪਾਂ ਨੇ ਡਰਾਈਵ ਕੀਤਾ, ਉਹ ਪਰਸਨ ਦਾ ਨਾਮ ਕੀ ਹੈ? ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਗਿਆਨੀ ਜੈਲ ਸਿੰਘ, ਗਿਆਨੀ ਕਰਤਾਰ ਸਿੰਘ, ਗਿਆਨੀ ਗੁਰਬਚਨ ਸਿੰਘ। ਤਾਂ ਇਸਦਾ ਸਹੀ ਆਂਸਰ ਹੈ ਜੀ ਗਿਆਨੀ ਕਰਤਾਰ ਸਿੰਘ। ਹੁਣ 1949 ਦੇ ਟਾਈਮ 'ਤੇ ਜਿਹੜਾ ਹੈ ਜੀ ਗਿਆਨੀ ਸਚਰ ਫਾਰਮੂਲਾ ਇਹ ਜਿਹੜਾ ਹੈਗਾ ਸਾਈਨ ਕੀਤਾ ਜਾਂਦਾ ਹੈਗਾ, ਬਟ ਇਹਦੇ ਆਧਾਰ 'ਤੇ ਜਿਹੜਾ ਹੈ ਹਜੇ ਭਾਸ਼ਾ ਦੇ ਆਧਾਰ 'ਤੇ ਆਪਣੇ ਪੰਜਾਬ ਦੀ ਵੰਡ ਨਹੀਂ ਕੀਤੀ ਜਾਂਦੀ। ਉਹ ਤੁਸੀਂ ਫਿਰ ਬਾਅਦ ਦੇ ਵਿੱਚ ਅੱਗੇ ਪੜਿਆ ਹੋਏਗਾ ਜੀ ਜਸਟਿਸ ਜੇ ਸੀ ਸ਼ੋਅ ਕਮਿਸ਼ਨ ਜਿਹੜਾ ਜਿਹਦੇ ਆਧਾਰ 'ਤੇ ਆਪਣਾ ਪੰਜਾਬ, ਹਰਿਆਣਾ, ਹਿਮਾਚਲ ਇਹਨਾਂ ਦੀ ਵੰਡ ਕੀਤੀ ਜਾਂਦੀ ਹੈਗੀ ਹੈ, ਠੀਕ ਹੈ ਜੀ। 1966 ਦੇ ਵਿੱਚ, 1966 ਵਾਲੇ ਤੋਂ ਇੱਕ ਯਾਦ ਰੱਖਿਓ, 1966 ਦੇ ਵਿੱਚ ਜਦੋਂ ਪੰਜਾਬ ਦੀ ਵੰਡ ਹੋ ਜਾਂਦੀ ਹੈ ਤਾਂ ਉਹੀ ਵਾਲੇ ਪੰਜਾਬ ਨੂੰ ਜਿਹੜਾ ਹੈ ਆਪਾਂ ਨਿਊ ਪੰਜਾਬ ਕਹਿੰਦੇ ਹਾਂ। ਬੱਚਿਆਂ ਨੂੰ ਕਈ ਵਾਰ ਇਹ ਵੀ ਕਨਫਿਊਜ਼ਨ ਹੋ ਜਾਂਦੀ ਹੈ ਵੀ 1947 ਤੋਂ ਬਾਅਦ ਜਿਹੜੀ ਪਾਰਟੀਸ਼ਨ ਤੋਂ ਬਾਅਦ ਆਪਣਾ ਪੰਜਾਬ ਆਇਆ ਇਹਨੂੰ ਆਪਾਂ ਨਵਾਂ ਪੰਜਾਬ ਕਹਿੰਦੇ ਹਾਂ, ਜਾਂ 1956 ਦੇ ਵਿੱਚ ਜਦੋਂ ਆਪਣੇ ਪੰਜਾਬ ਦੇ ਨਾਲ ਪੈਪਸੂ ਮਰਜ ਕਰਤਾ ਉਹਨੂੰ ਨਿਊ ਪੰਜਾਬ ਕਹਿੰਦੇ ਹਾਂ, ਇਹਨਾਂ ਨੂੰ ਨਹੀਂ ਕਹਿੰਦੇ। ਜਿਹਦਾ 1966 ਦੇ ਵਿੱਚ ਆਪਾਂ ਨੇ ਪੰਜਾਬ ਦੀ ਵੰਡ ਕੀਤੀ ਹੈਗੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਪੰਜਾਬ ਨੂੰ ਨਿਊ ਪੰਜਾਬ ਕਿਹਾ ਗਿਆ ਹੈਗਾ। ਨੈਕਸਟ ਆਇਆ, ਹੂ ਅਮੰਗ ਦਾ ਫੋਲੋਇੰਗ ਹੈਜ਼ ਬੀਨ ਦਾ ਯੰਗੈਸਟ ਰੈਸੀਪੀਐਂਟ ਆਫ ਸਾਹਿਤਿਆ ਅਕੈਡਮੀ ਅਵਾਰਡ? ਇਹਨਾਂ ਦੇ ਵਿੱਚੋਂ ਆਪਸ਼ਨਸ ਦੇ ਵਿੱਚੋਂ ਕਿਹੜਾ ਪਰਸਨ ਹੈ ਜਿਹਨੂੰ ਸਾਹਿਤਿਆ ਅਕੈਡਮੀ ਅਵਾਰਡ ਮਿਲਿਆ ਅਤੇ ਉਹ ਸਭ ਤੋਂ ਯੰਗੈਸਟ ਪਰਸਨ ਹੈ? ਸਭ ਤੋਂ ਯੰਗੈਸਟ ਮਤਲਬ ਸਭ ਤੋਂ ਛੋਟੀ ਉਮਰ ਦਾ ਵਿਅਕਤੀ ਹੈ। ਸੁਰਜੀਤ ਪਾਤਰ, ਦਲੀਪ ਕੌਰ ਟਿਵਾਣਾ, ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ ਸੀ, ਸ਼ਿਵ ਕੁਮਾਰ ਬਟਾਲਵੀ।
ਸ਼ਿਵ ਕੁਮਾਰ ਬਟਾਲਵੀ ਦੀ ਬੁੱਕ ਹੈ ਜਿਹੜੀ, ਤਾਂ ਇਸਦਾ ਸਹੀ ਆਂਸਰ ਹੋਇਆ ਜੀ ਆਪਸ਼ਨ ਨੰਬਰ ਸੀ, ਸ਼ਿਵ ਕੁਮਾਰ ਬਟਾਲਵੀ। ਸ਼ਿਵ ਕੁਮਾਰ ਬਟਾਲਵੀ ਦੀ ਜਿਹੜੀ ਬੁੱਕ ਹੈਗੀ ਹੈ ਲੂਣਾ, ਇਹਦੇ ਕਰਕੇ ਜਿਹੜਾ ਹੈ ਇਹਨਾਂ ਨੂੰ ਆਪਣਾ ਇਹ ਅਵਾਰਡ ਦਿੱਤਾ ਹੈਗਾ। ਅਤੇ ਸ਼ਿਵ ਕੁਮਾਰ ਬਟਾਲਵੀ ਨੂੰ ਜੌਨ ਕੀਟਸ ਆਫ ਪੰਜਾਬ ਵੀ ਕਿਹਾ ਜਾਂਦਾ ਹੈਗਾ। ਤੁਸੀਂ ਅਰਜਨ ਢਿੱਲੋਂ ਦਾ ਗਾਣਾ ਸੁਣਿਆ ਹੋਣਾ, ਤੇਰਾ ਕੀਟਸ ਵੀ ਓਕੇ ਪਰ ਵੱਡੀ ਗੱਲ ਨਹੀਂ, ਹੈ ਨਾ। ਤਾਂ ਉਹ ਕੀਟਸ ਮਤਲਬ ਜੌਨ ਕੀਟਸ ਨੂੰ ਹੀ ਕਹਿ ਰਿਹਾ ਹੁੰਦਾ। ਜੌਨ ਕੀਟਸ ਇੱਕ ਇੰਗਲੈਂਡ ਦਾ ਰਾਈਟਰ ਸੀ, ਇਹਨਾਂ ਦੀ ਵੀ ਕਾਫੀ ਯੰਗ ਏਜ ਦੇ ਵਿੱਚ ਡੈਥ ਹੋ ਜਾਂਦੀ ਹੈ। ਉਵੇਂ ਸ਼ਿਵ ਕੁਮਾਰ ਬਟਾਲਵੀ ਦੇ ਤੁਸੀਂ ਸੁਣਿਆ ਹੋਣਾ ਮਤਲਬ ਇਹ ਡਰਿੰਕ ਕਾਫੀ ਜ਼ਿਆਦਾ ਕਰਦੇ ਸੀ, ਜਿਹਦੇ ਕਰਕੇ ਕੀ ਹੈ ਇਹਨਾਂ ਦੀ ਵੀ ਕਾਫੀ ਯੰਗ ਏਜ ਦੇ ਵਿੱਚ ਡੈਥ ਹੋਈ ਹੈਗੀ ਹੈ। ਤਾਂ ਇਹਨਾਂ ਨੂੰ ਜੌਨ ਕੀਟਸ ਆਫ ਪੰਜਾਬ ਵੀ ਕਿਹਾ ਜਾਂਦਾ ਸ਼ਿਵ ਕੁਮਾਰ ਬਟਾਲਵੀ ਨੂੰ। ਨੈਕਸਟ ਚੱਲਦੇ ਹਾਂ ਜੀ, ਵਟ ਇਜ਼ ਦਾ ਪਾਪੂਲੇਸ਼ਨ ਡੈਂਸਿਟੀ ਆਫ ਪੰਜਾਬ, ਪੰਜਾਬ ਦੀ ਪਾਪੂਲੇਸ਼ਨ ਡੈਂਸਿਟੀ ਕਿੰਨੀ ਹੈਗੀ ਹੈ? 551, 84, 555, 584। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ ਏ, 551। ਡੈਂਸਿਟੀ ਬੇਸਿਕਲੀ ਕੀ ਹੋ ਗਿਆ ਜੀ, ਇੱਕ ਸਕੇਅਰ ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕਿੰਨੇ ਲੋਕ ਰਹਿਣ ਦਾ ਕੰਮ ਕਰ ਰਹੇ ਨੇਗੇ। ਨੈਕਸਟ ਆਇਆ ਜੀ, ਵਿਚ ਆਫ ਦਾ ਫੋਲੋਇੰਗ ਪਲੇਸਿਸ ਇਜ਼ ਸੈਟ ਟੂ ਦਾ ਹੋਮ ਆਫ ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ। ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪਲੇਸ ਕਿਹੜਾ ਸੀਗਾ? ਆਮ ਖਾਸ ਬਾਗ ਸਰਹੰਦ, ਬਨਾਸਰ ਗਾਰਡਨ ਸੰਗਰੂਰ, ਰਾਮ ਬਾਗ ਗਾਰਡਨ ਕਪੂਰਥਲਾ ਅੰਮ੍ਰਿਤਸਰ, ਸ਼ਾਲੀਮਾਰ ਗਾਰਡਨ ਕਪੂਰਥਲਾ। ਤਾਂ ਇਸਦਾ ਸਹੀ ਆਂਸਰ ਹੋਏਗਾ ਜੀ ਆਪਸ਼ਨ ਨੰਬਰ ਸੀ, ਇਹ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ ਹੋਇਆ ਕਰਦਾ ਸੀ। ਮਤਲਬ ਇਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਜਦੋਂ ਪੜ੍ਹਦੇ ਹੈਗੇ ਉਹਦੇ ਵਿੱਚ ਇਹ ਸਾਰੇ ਰੈਫਰੈਂਸ ਆਉਂਦੇ ਨੇਗੇ। ਨੈਕਸਟ ਆਇਆ ਜੀ, ਵਿਚ ਆਫ ਦਾ ਫੋਲੋਇੰਗ ਕੰਟਰੀ ਇਜ਼ ਏਰੀਆ ਵਾਈਜ਼ ਸਮਾਲਰ ਦੈਨ ਪੰਜਾਬ। ਮਤਲਬ ਇਹ ਆਪਸ਼ਨਸ ਦੇ ਵਿੱਚੋਂ ਕਿਹੜੀ ਕੰਟਰੀ ਐਸੀ ਹੈ ਜਿਹੜੀ ਕਿ ਪੰਜਾਬ ਦੇ ਏਰੀਏ ਦੇ ਨਾਲੋਂ ਛੋਟੀ ਹੈਗੀ ਹੈ? ਹੁਣ ਤੁਹਾਨੂੰ ਪਤਾ ਹੈਗਾ ਪੰਜਾਬ ਦਾ ਏਰੀਆ ਕਿੰਨਾ ਹੈਗਾ, 50,362 ਕਿਲੋਮੀਟਰ ਸਕੇਅਰ, ਠੀਕ ਹੈ। ਤਾਂ ਹੁਣ ਜੇ ਹਲਕਾ ਜਿਹਾ ਤੁਸੀਂ ਵਰਲਡ ਮੈਪ ਦੇਖਿਆ ਹੋਇਆ ਜੀ, ਤਾਂ ਵਰਲਡ ਮੈਪ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੈਗੇ ਹੋ। ਹੁਣ ਆਈਸਲੈਂਡ, ਇੱਕ ਗ੍ਰੀਨਲੈਂਡ ਹੈਗੇ, ਇੱਕ ਆਈਸਲੈਂਡ ਹੈਗਾ, ਇਹ ਤਾਂ ਬਹੁਤ ਵੱਡੇ ਵੱਡੇ ਆਈਲੈਂਡ ਨੇਗੇ, ਇਹ ਤਾਂ ਆਲਰੇਡੀ ਪੰਜਾਬ ਨਾਲੋਂ ਵੱਡੇ ਚੱਲ ਰਹੇ ਨੇਗੇ। ਦੂਜੇ ਨੰਬਰ 'ਤੇ ਆਇਆ ਆਇਰਲੈਂਡ, ਅਤੇ ਮਤਲਬ ਆਇਰਲੈਂਡ ਔਰ ਸ਼੍ਰੀਲੰਕਾ ਨੇ ਜਿਹੜੇ, ਇਹ ਵੀ ਜਿਹੜੇ ਪੰਜਾਬ ਤੋਂ ਵੱਡੇ ਚੱਲ ਰਹੇ ਨੇ। ਮਤਲਬ ਇੰਡੀਆ ਦਾ ਤੁਸੀਂ ਮੈਪ ਦੇਖਿਆ ਹੈਗਾ ਤਾਂ ਪੰਜਾਬ ਇੱਥੇ ਜੇ ਕਿਤੇ ਇੰਨਾ ਕੁ ਆ ਜਾਂਦਾ ਹੈਗਾ, ਉਹੀ ਸ਼੍ਰੀਲੰਕਾ ਜਿਹੜਾ ਹੈ ਇੰਨਾ ਕੁ ਤਾਂ ਦਿਖਦਾ ਹੀ ਹੈਗਾ ਆਪਾਂ ਨੂੰ, ਤਾਂ ਇੱਥੋਂ ਦੀ ਵੀ ਤੁਸੀਂ ਲਗਾ ਸਕਦੇ ਹੋ। ਤੀਸਰਾ ਆਇਆ ਆਇਰਲੈਂਡ, ਆਇਰਲੈਂਡ ਜਿਹੜਾ ਹੈ ਹੁਣ ਇਹ ਬ੍ਰਿਟਿਸ਼ ਆਈਲੈਂਡ ਜਿਹੜੇ ਦੇਖੇ ਹੋਏ ਨੇਗੇ ਉੱਥੇ ਤੁਸੀਂ ਦੇਖੋਗੇ, ਤਾਂ ਉੱਥੇ ਜਿਹੜਾ ਹੈ ਆਇਰਲੈਂਡ ਵੀ ਥੋੜ੍ਹੀ ਬੜੀ ਕੰਟਰੀ ਆ ਗਈ। ਬਟ ਜਿਹੜਾ ਸਵਿਟਜ਼ਰਲੈਂਡ ਹੈ ਨਾ, ਯੂਰਪ ਦੇ ਮੈਪ ਦੇ ਉੱਤੇ ਤੁਹਾਨੂੰ ਬਸ ਇੰਨੀ ਕੁ ਡੋਟ ਜੀ ਬਣੀ ਦਿਸੂਗੀ, ਮਤਲਬ ਬੜਾ ਛੋਟਾ ਜਿਹਾ ਦਿਖਦਾ ਹੈਗਾ ਇਹ। ਤਾਂ ਸਵਿਟਜ਼ਰਲੈਂਡ ਮਤਲਬ ਇਹ ਮੈਪਿੰਗ ਵਾਲਾ ਕੁਸ਼ਚਨ ਹੈ, ਮੈਂ ਇੱਦਾਂ ਨਹੀਂ ਕਹਿ ਰਿਹਾ ਹੈਗਾ ਵੀ ਤੁਹਾਨੂੰ ਸਾਰਿਆਂ ਦਾ ਕਿਲੋਮੀਟਰਸ ਦੇ ਵਿੱਚ ਏਰੀਆ ਪਤਾ ਹੀ ਹੋਣਾ ਚਾਹੀਦਾ, ਬਟ ਤੁਸੀਂ ਇੱਥੇ ਥੋੜ੍ਹਾ ਸਮਾਰਟ ਵਰਕ ਕਰ ਸਕਦੇ ਹੈਗੇ ਹੋ, ਥੋੜ੍ਹਾ ਜਿਹਾ ਮਤਲਬ ਗੈਸ ਵਰਕ ਲਗਾਉਣਾ ਹੋਵੇ ਤਾਂ ਇਸ ਵੇ ਨਾਲ ਕਰ ਸਕਦੇ ਹੈਗੇ ਹੋ। ਤਾਂ ਸਵਿਟਜ਼ਰਲੈਂਡ ਕੀ ਹੋਇਆ, ਇਸਦਾ ਆਪਣਾ ਸਹੀ ਆਂਸਰ ਹੋਏਗਾ ਜੀ। ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ, ਸੋਭਾ ਸਿੰਘ ਡੈਸ਼ ਗੈਲਰੀ ਸਿਚੁਏਟਿਡ ਐਟ ਡੈਸ਼। ਮਤਲਬ ਸੋਭਾ ਸਿੰਘ ਦੀ ਕਿਹੜੀ, ਪਹਿਲਾਂ ਤਾਂ ਸਟ੍ਰੀਮ ਦਾ ਪਤਾ ਹੋਣਾ ਚਾਹੀਦਾ ਵੀ ਇਹ ਕਿਸ ਤਰ੍ਹਾਂ ਦੇ ਪਰਸਨ ਰਹੇ ਨੇ, ਇਹਨਾਂ ਨੇ ਕਿਹੜੇ ਫੀਲਡ ਦੇ ਵਿੱਚ ਕੰਮ ਕੀਤਾ, ਅਤੇ ਇਹਨਾਂ ਦੀ ਜਿਹੜੀ ਕੁਝ ਗੈਲਰੀ ਹੈ ਇਹ ਕਿਹੜੀ ਜਗ੍ਹਾ 'ਤੇ ਲੋਕੇਟਿਡ ਹੈਗੀ ਹੈ? ਹੈਂਡੀਕ੍ਰਾਫਟ ਅੰਮ੍ਰਿਤਸਰ, ਆਰਟ ਅੰਡਰੇਟਾ ਕਾਂਗੜਾ, ਸਟੈਚੂ ਕਪੂਰਥਲਾ, ਹੈਂਡੀਕ੍ਰਾਫਟ ਨਗਰ ਮਨਾਲੀ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ ਬੀ, ਆਰਟ ਕੀ ਹੈ ਜੀ, ਬੇਸਿਕਲੀ ਇਹ ਪੇਂਟਰ ਰਹੇ ਨੇ ਸੋਭਾ ਸਿੰਘ, ਅਤੇ ਇਹਨਾਂ ਦੀ ਜਿਹੜੀ ਪੇਂਟਿੰਗਸ ਜਾਂ ਆਰਟ ਗੈਲਰੀ ਹੈਗੀ ਹੈ ਉਹ ਬਣੀ ਹੋਈ ਹੈਗੀ ਹੈ ਕਾਂਗੜਾ ਦੇ ਅੰਡਰੇਟਾ ਦੇ ਵਿੱਚ, ਠੀਕ ਹੈ ਜੀ, ਹਿਮਾਚਲ 'ਚ ਆ ਜਾਂਦੀ ਹੈ। ਹੂ ਬਿਲਟ ਦਾ ਸ਼ੀਸ਼ ਮਹਿਲ ਪੈਲਸ ਆਫ ਮਿਰਰਸ ਇਨ ਪਟਿਆਲਾ? ਪਟਿਆਲਾ ਦੇ ਵਿੱਚ ਸ਼ੀਸ਼ ਮਹਿਲ ਤੁਸੀਂ ਸੁਣਿਆ ਹੋਣਾ ਜੀ, ਉੱਥੇ ਜਿਹੜਾ ਸ਼ੀਸ਼ ਮਹਿਲ ਬਣਾਇਆ ਗਿਆ ਉਹ ਪਟਿਆਲੇ ਦੇ ਕਿਹੜੇ ਮਹਾਰਾਜੇ ਦੁਆਰਾ ਬਣਾਇਆ ਗਿਆ ਹੈਗਾ? ਮਹਾਰਾਜਾ ਦਲੀਪ ਸਿੰਘ ਹੋ ਗਏ, ਮਹਾਰਾਜਾ ਨਰਿੰਦਰ ਸਿੰਘ ਹੋ ਗਏ, ਮਹਾਰਾਜਾ ਯਾਦਵਿੰਦਰ ਸਿੰਘ, ਮਹਾਰਾਜਾ ਸ਼ੇਰ ਸਿੰਘ। ਤਾਂ ਇਸਦਾ ਸਹੀ ਆਂਸਰ ਹੋਏਗਾ ਜੀ ਆਪਸ਼ਨ ਨੰਬਰ ਬੀ, ਮਹਾਰਾਜਾ ਨਰਿੰਦਰ ਸਿੰਘ। ਨੈਕਸਟ ਹੈ ਜੀ, ਵਿਚ ਆਫ ਦਾ ਫੋਲੋਇੰਗ ਟਾਈਪ ਆਫ ਪਾਵਰ ਜਨਰੇਸ਼ਨ ਪਲਾਂਟਸ ਆਰ ਨੋਟ ਲੋਕੇਟਿਡ ਇਨ ਪੰਜਾਬ? ਮਤਲਬ ਕਿ ਪੰਜਾਬ ਦੇ ਵਿੱਚ ਬਿਜਲੀ ਪੈਦਾ ਕਰਨ ਦੇ ਲਈ ਇਹਨਾਂ ਦੇ ਵਿੱਚੋਂ ਕਿਹੜਾ ਮਤਲਬ ਪਾਵਰ ਪਲਾਂਟ ਜਨਰੇਸ਼ਨ ਪਲਾਂਟ ਹੈ ਜਿਹੜਾ ਪੰਜਾਬ 'ਚ ਨਹੀਂ ਬਣਿਆ ਹੋਇਆ? ਥਰਮਲ ਪਲਾਂਟ ਦੇ ਵਿੱਚ ਕੀ ਕਰਦੇ ਹਾਂ ਜੀ, ਹੁਣ ਆਪਾਂ ਕੋਇਲੇ ਦੀ ਯੂਜ਼ ਕਰਦੇ ਹੈਗੇ ਹਾਂ, ਮਤਲਬ ਕੋਲਾ ਯੂਜ਼ ਕਰਦੇ ਹੈਗੇ ਹਾਂ, ਨਿਊਕਲੀਅਰ ਦੇ ਵਿੱਚ ਨਿਊਕਲੀਅਰ ਐਨਰਜੀ ਨਾਲ ਬਣਾਉਂਦੇ ਹੈਗੇ, ਮਿੰਨੀ ਹਾਈਡਲ ਹੋ ਗਏ ਜਿਹੜੇ ਆਪਾਂ ਹਾਈਡਲ ਮਤਲਬ ਪਾਣੀ ਦੇ ਨਾਲ ਬਣਾਉਂਦੇ ਹੈਗੇ ਹਾਂ,
ਤਾਂ ਇਸਦਾ ਸਹੀ ਆਂਸਰ ਹੋਏਗਾ ਜੀ ਆਪਸ਼ਨ ਨੰਬਰ 20। ਪੰਜਾਬ ਦੇ ਵਿੱਚ ਕੋਈ ਵੀ ਨਿਊਕਲੀਅਰ ਪਲਾਂਟ ਐਸ ਸੱਚ ਐਗਜ਼ਿਸਟ ਨਹੀਂ ਕਰਦਾ ਹੈਗਾ ਜਿੱਥੋਂ ਆਪਾਂ ਬਿਜਲੀ ਬਣਾਉਂਦੇ ਹੈਗੇ ਹਾਂ। ਨੈਕਸਟ ਹੈ ਜੀ, ਐਜ਼ ਪਰ 2011 ਸੈਂਸਿਸ ਦਾ ਮੋਸਟ ਐਂਡ ਦਾ ਲੀਸਟ ਡੈਂਸਿਟੀ ਪੋਪੂਲੇਟਡ ਡਿਸਟ੍ਰਿਕਟਸ ਇਨ ਪੰਜਾਬ ਆਰ। ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਜ਼ਿਲ੍ਹਾ ਕਿਹੜਾ ਹੈ ਅਤੇ ਸਭ ਤੋਂ ਘੱਟ ਆਬਾਦੀ ਵਾਲਾ ਜ਼ਿਲ੍ਹਾ ਕਿਹੜਾ ਹੈ? ਇਹ 2011 ਦੀ ਜਨਗਣਨਾ ਦੇ ਹਿਸਾਬ ਨਾਲ ਦੱਸਣਾ। ਅੰਮ੍ਰਿਤਸਰ ਮਾਨਸਾ, ਲੁਧਿਆਣਾ ਮੁਕਤਸਰ, ਲੁਧਿਆਣਾ ਮਾਨਸਾ, ਅੰਮ੍ਰਿਤਸਰ ਮੁਕਤਸਰ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ 20, ਲੁਧਿਆਣਾ ਐਂਡ ਮੁਕਤਸਰ। ਲੁਧਿਆਣਾ ਆਲਰੇਡੀ ਤੁਸੀਂ ਇਹ ਦੇਖ ਸਕਦੇ ਹੋ ਕਿਉਂਕਿ ਆਪਣਾ ਜਿਹੜਾ ਲੁਧਿਆਣਾ ਹੈਗਾ ਏਰੀਆ ਵਾਈਜ਼ ਵੀ ਸਭ ਤੋਂ ਬਿਗੈਸਟ ਡਿਸਟ੍ਰਿਕਟ ਹੈਗੀ ਹੈ। ਤਾਂ ਹੁਣ ਲੁਧਿਆਣਾ ਅਤੇ ਲੁਧਿਆਣਾ ਦੋ ਆਪਸ਼ਨ ਦੇ ਵਿੱਚ ਹੈ, ਬਾਕੀ ਦੋ ਤਾਂ ਇਲੀਮੀਨੇਟ ਹੋ ਗਈਆ। ਹੁਣ ਤੁਹਾਨੂੰ ਪਤਾ ਹੈਗਾ ਮਾਨਸਾ ਰੀਜਨ ਦੇ ਵਿੱਚ ਆਪਾਂ ਮਾਨਸਾ ਦਾ ਜਿਹੜਾ ਨਾਮ ਆਉਂਦਾ ਹੈਗਾ ਉਹ ਆਪਾਂ ਪੜ੍ਹਦੇ ਹੈਗੇ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਜ਼ਿਲ੍ਹਾ ਕਿਹੜਾ ਅਤੇ ਸਭ ਤੋਂ ਘੱਟ ਵਾਲਾ ਕਿਹੜਾ ਹੈਗਾ। ਤਾਂ ਹੁਸ਼ਿਆਰਪੁਰ ਜਿਹੜਾ ਉਹ ਸਭ ਤੋਂ ਪੜ੍ਹਿਆ 'ਚ ਆ ਜਾਂਦਾ, ਮਾਨਸਾ ਜਿਹੜਾ ਹੈ ਘੱਟ ਪੜ੍ਹਿਆ 'ਚ ਆ ਜਾਂਦਾ। ਤਾਂ ਮਤਲਬ ਇਹਦੇ ਵਿੱਚੋਂ ਜਿਹੜੀ ਆਪਸ਼ਨ ਸੀ ਬੇਸਿਕਲੀ ਮਤਲਬ ਜੋ ਡਾਟਾ ਐਂਡ ਫਿਗਰ ਐਂਡ ਫੈਕਟ ਪੜ੍ਹੋਗੇ ਉੱਥੇ ਮੁਕਤਸਰ ਹੀ ਆਉਂਦਾ ਹੈਗਾ, ਠੀਕ ਹੈ ਜੀ। ਤਾਂ ਕਿਤੇ ਨਾ ਕਿਤੇ ਮਤਲਬ ਇੱਥੇ ਵੀ ਤੁਸੀਂ ਐਲੀਮੀਨੇਸ਼ਨ ਟੈਕਨੀਕ ਲਗਾ ਸਕਦੇ ਸੀਗੇ। ਨੈਕਸਟ ਕੁਸ਼ਚਨ ਹੈ, ਚਲੋ ਇੱਥੇ ਤੱਕ ਹੀ ਸੀ ਜੀ, ਅੱਗੇ ਮਿਲਦੇ ਹਾਂ ਨੈਕਸਟ ਸੈਸ਼ਨ ਦੇ ਵਿੱਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗਿਆਨਮ ਦੇ ਪਲੇਟਫਾਰਮ 'ਤੇ ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ GK ਦਾ 87th ਮੌਕ ਸੋਲਵ ਕਰਨ ਲੱਗੇ ਹਾਂ, ਸ਼ੁਰੂ ਕਰਦੇ ਹਾਂ। ਵਿੱਚ ਵਿਟਾਮਿਨ ਇਜ਼ ਪ੍ਰੋਵਾਈਡਿਡ ਬਾਏ ਸਨਲਾਈਟ ਟੂ ਦਾ ਬੋਡੀ, ਮਤਲਬ ਸੂਰਜ ਤੋਂ ਬੰਦੇ ਨੂੰ ਕਿਹੜਾ ਵਿਟਾਮਿਨ ਮਿਲਦਾ ਹੈ? ਵਿਟਾਮਿਨ A, B, C, D। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ D। ਤੁਹਾਨੂੰ ਪਤਾ ਹੀ ਹੈ ਵਿਟਾਮਿਨ D ਹੈ ਜਿਹੜਾ ਇਹ ਆਪਾਂ ਨੂੰ ਸੂਰਜ ਦੀਆਂ ਕਿਰਨਾਂ ਤੋਂ ਮਿਲਦਾ ਹੈਗਾ। ਨੈਕਸਟ ਆਇਆ ਜੀ, ਵਿੱਚ ਅਮੰਗ ਦਾ ਫੋਲੋਇੰਗ ਰੀਜਨਸ ਵਾਜ਼ ਮੋਸਟ ਅਫੈਕਟਿਡ ਬਾਏ ਦਾ ਰੈਵੋਲਿਊਸ਼ਨ ਆਫ 1857। 1857 ਦੀ ਕ੍ਰਾਂਤੀ ਦੇ ਸਮੇਂ ਕਿਹੜਾ ਰੀਜਨ ਹੈ ਜਿਹੜਾ ਜਿੱਥੇ ਸਭ ਤੋਂ ਜ਼ਿਆਦਾ ਇਸਦਾ ਪ੍ਰਭਾਵ ਦੇਖਣ ਨੂੰ ਮਿਲਿਆ? ਪੰਜਾਬ, ਮਹਾਰਾਸ਼ਟਰ, ਅਵਧ, ਮਦਰਾਸ। ਤਾਂ ਇਹ ਤੁਹਾਨੂੰ ਮਤਲਬ 1857 ਦੀ ਕ੍ਰਾਂਤੀ ਦਾ ਜਦੋਂ ਤੁਸੀਂ ਆਪਾਂ ਪੜ੍ਹਦੇ ਹੈ ਜੀ ਤਾਂ ਇਹਦੇ ਜਿਹੜੇ ਮੇਜਰ ਸੈਂਟਰਸ ਆਉਂਦੇ ਨੇ ਉਹ ਕਿਹੜੇ ਆਉਂਦੇ ਨੇ? ਲਖਨਊ ਆਉਂਦਾ ਹੈਗਾ, ਦਿੱਲੀ ਆਉਂਦੀ ਹੈਗੀ ਹੈ, ਦਿੱਲੀ ਤੋਂ ਇਲਾਵਾ ਕਾਨਪੁਰ ਆਉਂਦਾ ਹੈਗਾ, ਕਾਨਪੁਰ ਦੇ ਨਾਲ ਨਾਲ ਜਿਹੜਾ ਹੈ ਆਪਣਾ ਝਾਂਸੀ ਆ ਜਾਂਦੀ ਹੈਗੀ ਹੈ, ਬਿਹਾਰ ਆ ਜਾਂਦਾ ਹੈਗਾ, ਠੀਕ ਹੈ। ਇਸ ਤੋਂ ਇਲਾਵਾ ਜਿਹੜਾ ਹੈ ਮੇਰਠ ਆ ਜਾਂਦਾ ਹੈਗਾ, ਮੇਰਠ ਦੇ ਨਾਲ ਨਾਲ ਬਨਾਰਸ, ਅਲਾਹਾਬਾਦ, ਮਤਲਬ ਇਹ ਕੁਛ ਪਲੇਸਿਸ ਆ ਜਾਂਦੇ ਨੇਗੇ ਯੂਪੀ ਦੇ ਰੀਜਨ ਦੇ ਵਿੱਚ। ਤਾਂ ਹੁਣ ਮਦਰਾਸ ਵੀ ਨਹੀਂ ਹੈਗਾ ਜੀ ਇਹਦੇ ਵਿੱਚ, ਮਦਰਾਸ ਦਾ ਤਾਂ ਨਾਮ ਹੀ ਨਹੀਂ ਆਉਂਦਾ ਕਿਤੇ, ਮਹਾਰਾਸ਼ਟਰ ਦਾ ਵੀ ਨਾਮ ਨਹੀਂ ਆਉਂਦਾ ਹੈਗਾ, ਅਤੇ ਪੰਜਾਬ ਹੈ ਜਿਹੜਾ, ਪੰਜਾਬ ਦੇ ਵੀ ਜਿਹੜੇ ਉਸ ਟਾਈਮ 'ਤੇ ਸਿੱਖ ਰੂਲਰਸ ਹੁੰਦੇ ਨੇਗੇ ਤਾਂ ਉਹ ਵੀ ਜਿਹੜੇ ਨੇ ਇਸ ਟਾਈਮ 'ਤੇ ਸ਼ਾਂਤੀ ਰਹਿੰਦੇ ਨੇਗੇ। ਤਾਂ ਇਹ ਆਪਸ਼ਨ ਵੀ ਆਪਣੀ ਕੈਟ ਹੋ ਗਈ। ਤਾਂ ਆਪਣਾ ਆਂਸਰ ਕਿਹੜਾ ਬਚਿਆ? ਆਪਸ਼ਨ ਨੰਬਰ C, ਅਵਧ, ਠੀਕ ਹੈ ਜੀ। ਤਾਂ ਅਵਧ ਦਾ ਮਤਲਬ ਇਹ ਤੁਸੀਂ ਜੇ ਥੋੜ੍ਹਾ ਜਿਹਾ ਵੀ ਪੜ੍ਹਿਆ ਹੈਗਾ 1857 ਦਾ ਰਿਵੋਲਟ ਤਾਂ ਤੁਹਾਨੂੰ ਪਤਾ ਹੈਗਾ ਵੀ ਜਿਹੜਾ ਮੇਜਰ ਸੈਂਟਰਲ ਇੰਡੀਆ ਵਾਲਾ ਪਾਰਟ ਹੈਗਾ ਉੱਥੇ ਹੀ ਇਸਦਾ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲਿਆ ਹੈਗਾ। ਨੈਕਸਟ ਆਇਆ ਜੀ, ਨੈਚੁਰਲ ਰੇਡੀਓ ਐਕਟੀਵਿਟੀ ਵਾਜ਼ ਡਿਸਕਵਰਡ ਬਾਏ। ਰੇਡੀਓ ਐਕਟੀਵਿਟੀ ਬੇਸਿਕਲੀ ਕੀ ਹੋ ਗਿਆ ਜੀ, ਜਦੋਂ ਕਿਸੇ ਐਟਮ ਦੇ ਨਿਊਕਲੀਅਸ ਦੇ ਵਿੱਚੋਂ ਹੈ ਨਾ ਰੇਜ਼ ਐਮਿਟ ਹੁੰਦੀਆਂ ਨੇ ਤਾਂ ਅਲਫਾ ਬੀਟਾ ਗਾਮਾ ਰੇਜ਼ ਐਮਿਟ ਕਰਦੀਆਂ ਨੇਗੀਆਂ। ਤਾਂ ਇਹਦੇ ਵਿੱਚੋਂ ਜਿਹੜਾ ਹੈ ਇਹਦੀ ਡਿਸਕਵਰੀ ਕਿਹੜੇ ਪਰਸਨ ਨੇ ਕੀਤੀ ਹੈ? ਮੈਰੀ ਕਿਊਰੀ, ਅਰਨਸਟ ਰਦਰਫੋਰਡ, ਹੈਨਰੀ ਬੈਕੁਅਲ ਔਰ ਐਨਰੀਕੋ ਫਰਮੀ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ C, ਹੈਨਰੀ ਬੈਕੁਅਲ। ਨੈਕਸਟ ਆਇਆ ਜੀ, ਵਿੱਚ ਆਫ ਦਾ ਫੋਲੋਇੰਗ ਡਿਸੀਜ਼ ਇਜ਼ ਕੋਜ਼ਡ ਬਾਏ ਦਾ ਬਾਈਟ ਆਫ ਅ ਮੈਡ ਡੋਗ, ਮਤਲਬ ਕੁੱਤੇ ਦੇ ਵੱਢਣ 'ਤੇ ਜਿਹੜਾ ਹੈ ਬੰਦੇ ਨੂੰ ਕਿਹੜੀ ਮਤਲਬ ਡਿਜ਼ੀਜ਼ ਹੋਣ ਦੇ ਚਾਂਸਿਸ ਨੇ? ਹਾਈਡਰੋਸੀਲ, ਹਾਈਡਰੋਫੋਬੀਆ, ਹਾਈਡਰੋਫੈਟਸ, ਹਾਈਡਰੋਪੈਰੀਟੋਨੀਅਮ। ਤਾਂ ਇਸਦਾ ਸਹੀ ਆਂਸਰ ਹੋਏਗਾ ਜੀ ਆਪਸ਼ਨ ਨੰਬਰ B, ਹਾਈਡਰੋਫੋਬੀਆ। ਕੀ ਹੋ ਗਿਆ? ਫੋਬੀਆ ਦਾ ਮਤਲਬ ਕੀ ਹੋ ਗਿਆ? ਡਰ ਹੋ ਗਿਆ। ਤਾਂ ਮਤਲਬ ਹਾਈਡਰੋ ਦਾ ਮਤਲਬ ਹੋ ਗਿਆ ਪਾਣੀ। ਜਦੋਂ ਬੰਦੇ ਨੂੰ ਕੁੱਤਾ ਵੱਢ ਲੈਂਦਾ ਹੈਗਾ ਤਾਂ ਉਹਦੇ ਨੂੰ ਕਿਹੜੀ ਪ੍ਰੋਬਲਮ ਹੁੰਦੀ ਹੈ? ਰੇਬੀਜ਼ ਦੀ ਪ੍ਰੋਬਲਮ ਹੁੰਦੀ ਹੈ, ਠੀਕ ਹੈ। ਅਤੇ ਰੇਬੀਜ਼ ਦੀ ਪ੍ਰੋਬਲਮ ਦਾ ਜਿਹੜਾ ਇੱਕ ਸਿਮਟਮ ਹੁੰਦਾ ਹੈਗਾ ਬੰਦੇ ਨੂੰ ਪਾਣੀ ਤੋਂ ਡਰ ਲੱਗਣ ਲੱਗ ਜਾਂਦਾ ਹੈਗਾ, ਠੀਕ ਹੈ ਜੀ। ਤਾਂ ਕਰਕੇ ਇਸਦਾ ਆਪਸ਼ਨ ਆਇਆ ਆਪਸ਼ਨ ਨੰਬਰ ਆਪਣਾ B। ਨੈਕਸਟ ਆਇਆ, ਫੋਰ ਰਿਫੋਰਮਸ ਇਨ ਵਿੱਚ ਅਮੰਗ ਦਾ ਫੋਲੋਇੰਗ ਹਾਰਟੋ ਕਮਿਸ਼ਨ ਵਾਜ਼ ਇਸਟੈਬਲਿਸ਼ਡ। ਹਾਰਟੋ ਕਮਿਸ਼ਨ ਹੈ ਜਿਹੜਾ ਇਹ ਕਿਹੜੇ ਪਰਪਸ ਦੇ ਲਈ ਬਣਾਇਆ ਗਿਆ ਹੈਗਾ? ਸੋਸਾਇਟੀ, ਐਜੂਕੇਸ਼ਨ, ਸਿਵਲ ਸਰਵਿਸਿਜ਼, ਇਕਨੋਮਿਕ ਰਿਫੋਰਮਸ। ਤਾਂ ਇਸਦਾ ਸਹੀ ਆਂਸਰ ਹੋਏਗਾ ਜੀ ਐਜੂਕੇਸ਼ਨ।
1929 ਦੇ ਵਿੱਚ ਇਹ ਕਮਿਸ਼ਨ ਬਣਾਇਆ ਗਿਆ ਸੀ ਅਤੇ ਇਹ ਕਮਿਸ਼ਨ ਦਾ ਜਿਹੜਾ ਮੇਨ ਕੰਮ ਸੀਗਾ, ਇਹਨਾਂ ਨੇ ਦੇਖਣਾ ਸੀਗਾ ਵੀ ਆਪਣਾ ਭਾਰਤ ਦੇ ਵਿੱਚ ਜਿਹੜਾ ਐਜੂਕੇਸ਼ਨ ਦਾ ਲੈਵਲ ਹੈ ਉਹ ਕਿਸ ਲੈਵਲ ਦਾ, ਮਤਲਬ ਕਿਸ ਪੱਧਰ ਤੱਕ ਚੱਲ ਰਿਹਾ ਹੈਗਾ ਅਤੇ ਆਪਾਂ ਨੂੰ ਇਸ ਦੇ ਵਿੱਚ ਕੀ ਰਿਫੋਰਮਸ ਲੈ ਕੇ ਆਉਣ ਦੀ ਜ਼ਰੂਰਤ ਹੈਗੀ ਹੈ। ਨੈਕਸਟ ਹੈ ਜੀ, ਵਿਚ ਵਾਜ਼ ਦਾ ਫਸਟ ਮੈਟਲ ਯੂਜ਼ਡ ਬਾਏ ਮੈਨ, ਬੰਦੇ ਦੁਆਰਾ ਜਿਹੜੀ ਪਹਿਲੀ ਧਾਤੂ ਯੂਜ਼ ਕੀਤੀ ਗਈ ਹੈ, ਮੈਟਲ ਯੂਜ਼ ਕੀਤਾ ਗਿਆ ਉਹ ਕਿਹੜਾ ਸੀਗਾ? ਕੋਪਰ, ਸਿਲਵਰ, ਬ੍ਰੌਂਜ਼, ਬ੍ਰਾਂਸ। ਤਾਂ ਇਸਦਾ ਸਹੀ ਆਂਸਰ ਹੈ ਜੀ ਕੋਪਰ। ਕੋਪਰ ਆਪਾਂ ਜਦੋਂ ਸਿੰਧੂ ਘਾਟੀ ਸੱਭਿਅਤਾ ਪੜ੍ਹਦੇ ਹੈਗੇ ਹਾਂ ਜਾਂ ਆਪਣਾ ਮਤਲਬ ਪੈਲੋਲੀਥਿਕ, ਮੀਜ਼ੋਲੀਥਿਕ, ਨਿਓਲੀਥਿਕ ਇਹ ਸਾਰੀਆਂ ਏਜਿਸ ਪੜ੍ਹਦੇ ਹੈਗੇ ਹਾਂ, ਉਹਦੇ ਵਿੱਚ ਆਪਾਂ ਪੜ੍ਹਦੇ ਹਾਂ ਵੀ ਕੋਪਰ ਹੈ ਜਿਹੜਾ ਪਹਿਲੀ ਵਾਰ ਬੰਦੇ ਦੁਆਰਾ ਯੂਜ਼ ਕੀਤਾ ਗਿਆ ਅਤੇ ਇੰਡਸ ਵੈਲੀ ਦੇ ਵਿੱਚ ਜਾ ਕੇ ਜਿਹੜਾ ਹੈ ਆਪਾਂ ਬ੍ਰਾਸ ਔਰ ਬ੍ਰੌਂਜ਼ ਦੇ ਜਿਹੜਾ ਹੈ ਬੇਸਿਕਲੀ ਅਲੋਇਸ ਤੋਂ ਬਣਾ ਕੇ ਜਿਹੜਾ ਹੈ ਅੱਗੇ ਟੂਲਸ ਬਣਾਉਣੇ ਯੂਜ਼ ਕਰਦੇ ਸੀ, ਤਾਂ ਹੀ ਆਪਾਂ ਜਿਹੜਾ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਨੂੰ ਬ੍ਰੌਂਜ਼ ਸਿਵਲਾਈਜੇਸ਼ਨ ਵੀ ਕਹਿ ਦਿੰਦੇ ਹੈਗੇ ਹਾਂ, ਠੀਕ ਹੈ ਜੀ, ਕਿਉਂਕਿ ਕੋਪਰ ਔਰ ਟਿਨ ਤੋਂ ਮਿਲਾ ਕੇ ਜਿਹੜਾ ਹੈ ਬ੍ਰੌਂਜ਼ ਬਣਦਾ ਹੈਗਾ ਅਤੇ ਇਹਦੇ ਤੋਂ ਫਿਰ ਬਾਅਦ ਵਿੱਚ ਉਸ ਟਾਈਮ 'ਤੇ ਕਾਫੀ ਸਾਰੇ ਮਤਲਬ ਭਾਂਡੇ ਵਗੈਰਾ ਜਿਹੜੀਆਂ ਵੀ ਚੀਜ਼ਾਂ ਮਿਲੀਆਂ ਨੇ, ਰਿਮੇਨਸ ਮਿਲੇ ਨੇ, ਉਹ ਬ੍ਰੌਂਜ਼ ਦੇ ਕਾਫੀ ਬਣੇ ਹੋਏ ਸੀਗੇ। ਨੈਕਸਟ ਆਇਆ ਜੀ, ਵਿਦ ਵਿਚ ਆਫ ਦਾ ਫੋਲੋਇੰਗ ਪੀਰੀਅਡਸ ਡੂ ਵੀ ਐਸੋਸੀਏਟ ਦਾ ਮਾਈਕਰੋਲਿਥ ਇੰਪਲੀਮੈਂਟਸ। ਮਾਈਕਰੋਲਿਥ ਪਹਿਲੀ ਗੱਲ ਕੀ ਹੁੰਦੀ ਹੈ ਜੀ, ਜਿਹੜੇ ਛੋਟੇ ਛੋਟੇ ਪੱਥਰ ਜਾਂ ਸਟੋਨਸ ਦੇ ਪੀਸੀ ਸੀਗੇ ਜਿਹੜੇ ਕਾਫੀ ਸ਼ਾਰਪ ਹੁੰਦੇ ਸੀਗੇ, ਕਿਉਂਕਿ ਜਿਹੜੇ ਆਪਣੇ ਪ੍ਰਾਚੀਨ ਕਾਲ ਦੇ ਵਿੱਚ ਮਾਨਵ ਰਹਿੰਦਾ ਸੀਗਾ ਉਹਦੇ ਕੋਲ ਕੀ ਹੈਗਾ, ਹੁਣ ਉਸ ਟਾਈਮ 'ਤੇ ਕੋਈ ਹਥਿਆਰ ਵਗੈਰਾ ਤਾਂ ਹੈ ਨਹੀਂ, ਉਹ ਕੀ ਕਰਦੇ ਸੀ, ਪੱਥਰਾਂ ਨੂੰ ਹੀ ਤਿੱਖਾ ਕਰਕੇ ਸ਼ਿਕਾਰ ਕਰਨ ਦਾ ਕੰਮ ਕਰਦੇ ਸੀ। ਜਿਹੜੇ ਛੋਟੇ ਛੋਟੇ ਪੱਥਰ ਤਿੱਖੇ ਹੁੰਦੇ ਸੀ ਉਹਨਾਂ ਨੂੰ ਆਪਾਂ ਮਾਈਕਰੋਲਿਥ ਕਹਿੰਦੇ ਹੈਗੇ ਹਾਂ। ਤਾਂ ਮਾਈਕਰੋਲਿਥ ਕਿਹੜੀ ਏਜ ਦੇ ਨਾਲ ਸੰਬੰਧਿਤ ਨੇ? ਪੈਲੀਓਲੀਥਿਕ, ਮੀਸੋਲੀਥਿਕ, ਨਿਓਲੀਥਿਕ, ਚਾਲਕੋਲੀਥਿਕ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ ਬੀ, ਮੀਸੋਲੀਥਿਕ, ਠੀਕ ਹੈ ਜੀ। ਨੈਕਸਟ ਆਇਆ, ਵਿਚ ਵਨ ਆਫ ਦਾ ਫੋਲੋਇੰਗ ਕੰਟੇਨਸ ਦਾ ਗਾਇਤਰੀ ਮੰਤਰ? ਗਾਇਤਰੀ ਮੰਤਰ ਤੁਸੀਂ ਸਕੂਲ ਪ੍ਰੇਅਰਸ ਦੇ ਵਿੱਚ ਪੜ੍ਹਿਆ ਹੋਣਾ ਜੀ ਜਾਂ ਸੁਣਿਆ ਹੋਣਾ, ਹੈ ਨਾ, ਕਿਤੇ ਨਾ ਕਿਤੇ ਦਾ। ਤਾਂ ਇਹ ਗਾਇਤਰੀ ਮੰਤਰ ਹੈ ਜਿਹੜਾ, ਇਹ ਕਿਹੜੇ ਵੇਦ ਤੋਂ ਲਿੱਤਾ ਗਿਆ? ਰਿਗਵੇਦ, ਯਜੁਰਵੇਦ, ਉਪਨਿਸ਼ਦ, ਸਾਮਵੇਦ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ ਏ, ਰਿਗਵੇਦ। ਰਿਗਵੇਦ ਦਾ ਤੁਹਾਨੂੰ ਪਤਾ ਜੀ ਇਹ ਬੁੱਕ ਹੈ ਜਿਹੜੀ, ਇਹਨੂੰ ਆਪਾਂ 10 ਭਾਗਾਂ ਦੇ ਵਿੱਚ ਕਹਿੰਦੇ ਹੈਗੇ ਹਾਂ, ਜਿਨ੍ਹਾਂ ਨੂੰ ਆਪਾਂ 10 ਮੰਡਲ ਕਹਿ ਦਿੰਦੇ ਹਾਂ, ਅਤੇ ਇਹਦੇ ਜਿਹੜੇ ਥਰਡ ਮੰਡਲ ਤੋਂ ਜਿਹੜਾ ਹੈ ਗਾਇਤਰੀ ਮੰਤਰ ਨੂੰ ਲਿੱਤਾ ਗਿਆ ਹੈਗਾ, ਠੀਕ ਹੈ ਜੀ। ਨੈਕਸਟ ਆਇਆ, ਇਨ ਵਿਚ ਆਫ ਦਾ ਲੈਂਗੁਏਜਿਸ ਮਹਾਤਮਾ ਗਾਂਧੀ ਪਬਲਿਸ਼ਡ ਨਿਊਜ਼ ਪੇਪਰ ਵਿਦ ਦਾ ਨੇਮ ਹਰੀਜਨ? ਹਰੀਜਨ ਬੇਸਿਕਲੀ ਰੱਬ ਦੇ ਬੱਚਿਆਂ ਨੂੰ ਹੀ ਕਿਹਾ ਜਾਂਦਾ ਹੈਗਾ, ਹਰੀ ਮਤਲਬ ਰੱਬ ਦੇ, ਜਨ ਮਤਲਬ ਬੱਚੇ, ਠੀਕ ਹੈ ਜੀ। ਤਾਂ ਇਹ ਅਖਬਾਰ ਜਿਹੜਾ ਹੈ ਮਹਾਤਮਾ ਗਾਂਧੀ ਨੇ ਸ਼ੁਰੂ ਕੀਤਾ ਸੀ, ਅਤੇ ਮਹਾਤਮਾ ਗਾਂਧੀ ਨੇ ਇਹ ਅਖਬਾਰ ਕਿਹੜੀ ਭਾਸ਼ਾ ਦੇ ਵਿੱਚ ਛਾਪਣਾ ਜਿਹੜਾ ਹੈ ਸ਼ੁਰੂ ਕੀਤਾ ਸੀ? ਅੰਗਰੇਜ਼ੀ ਦੇ ਵਿੱਚ, ਹਿੰਦੀ ਅੰਗਰੇਜ਼ੀ, ਇੰਗਲਿਸ਼ ਗੁਜਰਾਤੀ, ਇੰਗਲਿਸ਼ ਗੁਜਰਾਤੀ ਅਤੇ ਹਿੰਦੀ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ ਡੀ, ਇੰਗਲਿਸ਼, ਹਿੰਦੀ ਐਂਡ ਗੁਜਰਾਤੀ। ਨੈਕਸਟ ਆਇਆ ਜੀ, ਫਰੋਮ ਵੇਅਰ ਦਾ ਗ੍ਰੇਟ ਇੰਡੀਅਨ ਮਿਊਟਨੀ ਆਫ 1857 ਸਟਾਰਟਿਡ? 1857 ਦੀ ਕ੍ਰਾਂਤੀ ਭਾਰਤ ਦੇ ਵਿੱਚ ਕਿਹੜੀ ਜਗ੍ਹਾ ਤੋਂ ਸ਼ੁਰੂ ਹੋਈ ਹੈਗੀ ਹੈ? ਮੇਰਠ, ਕਾਨਪੁਰ, ਦਿੱਲੀ, ਲਖਨਊ। ਹੁਣ ਇੱਥੇ ਜੇ ਤੁਹਾਨੂੰ ਪ੍ਰੋਪਰ 1857 ਦਾ ਰਿਵੋਲਟ ਤੁਸੀਂ ਪੜ੍ਹਿਆ ਹੋਇਆ ਜੀ, ਤਾਂ ਉੱਥੋਂ ਹੀ ਤੁਸੀਂ ਇਹਨੂੰ ਕਰ ਸਕਦੇ ਹੈਗੇ ਹੋ। ਤਾਂ ਇਹਦਾ ਆਪਸ਼ਨ ਨੰਬਰ ਆਂਸਰ ਹੈਗਾ ਜੀ ਏ, ਮੇਰਠ ਦੇ ਵਿੱਚ ਜਿਹੜਾ ਹੈ ਇਹ ਆਪਣੀ ਮਿਊਟਨੀ ਸ਼ੁਰੂ ਹੁੰਦੀ ਹੈਗੀ ਹੈ। ਇੱਥੇ ਆਪਣੇ ਇੱਕ ਤੁਸੀਂ ਫਰੀਡਮ ਫਾਈਟਰ ਦਾ ਨਾਮ ਸੁਣਿਆ ਹੋਣਾ ਜੀ, ਮੰਗਲ ਪਾਂਡੇ। ਮੰਗਲ ਪਾਂਡੇ ਨੇ ਆਪਦੇ ਸੀਨੀਅਰ ਆਫਿਸਰ ਨੂੰ ਜਿਹੜਾ ਹੈ ਗੋਲੀ ਮਾਰ ਦਿੱਤੀ ਸੀਗੀ, ਬਟ ਉਹ ਮਰੇ ਨਹੀਂ ਸੀਗੇ, ਘਾਇਲ ਹੋ ਗਏ ਸੀ। ਬਾਅਦ ਦੇ ਵਿੱਚ ਉਹਨਾਂ ਨੂੰ ਫਾਂਸੀ ਦੀ, ਮੰਗਲ ਪਾਂਡੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ, ਅਤੇ ਉਸ ਤੋਂ ਬਾਅਦ ਹੀ ਜਾ ਕੇ ਜਿਹੜਾ ਹੈ ਆਪਣੀ 1857 ਦਾ ਰਿਵੋਲਟ ਹੈ ਜਿਹੜਾ ਇਹ ਸ਼ੁਰੂ ਹੁੰਦਾ ਹੈਗਾ। ਨੈਕਸਟ ਆਇਆ, ਦਾ ਫਸਟ ਮੋਨਾਰਕ ਆਫ ਮਗਧ ਕਿੰਗਡਮ ਇਨ ਦਾ 6th century BC ਵਾਜ਼? ਮਗਧ ਸਮਰਾਜ ਦੇ ਵਿੱਚ ਜਿਹੜਾ ਹੈ ਪਹਿਲਾ ਰਾਜਾ ਕਿਹੜਾ ਸੀਗਾ? ਬਿੰਬੀਸਾਰ, ਪ੍ਰਸੇਨਜੀਤ, ਆਜ਼ਾਦ ਸ਼ਤਰੂ, ਜਰਾਸੰਧ। ਤਾਂ ਇਸਦਾ ਸਹੀ ਆਂਸਰ ਹੈ ਜੀ ਬਿੰਬੀਸਾਰ। ਬਿੰਬੀਸਾਰ ਦਾ ਇੱਕ ਚੀਜ਼ ਯਾਦ ਰੱਖਿਓ ਜੀ, ਕਈ ਵਾਰ ਨਾ ਡਾਇਨੈਸਟੀਜ਼ ਆ ਜਾਂਦੀਆਂ ਨੇਗੀਆਂ, ਮਤਲਬ ਜਿਵੇਂ ਆਪਾਂ ਕਹਿ ਦਈਏ ਹੁਣ ਭਾਰਤ ਇੱਕ, ਸਪੋਜ਼ ਕਰੋ ਭਾਰਤ ਇੱਕ ਕਿੰਗਡਮ ਹੈਗਾ, ਅਤੇ ਹੁਣ ਭਾਰਤ ਦੇ ਵਿੱਚ ਸਰਕਾਰਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ, ਕਦੇ BJP ਦੀ ਸਰਕਾਰ ਆ ਗਈ, ਕਦੇ ਕਾਂਗਰਸ ਦੀ ਸਰਕਾਰ ਆ ਗਈ। ਉਸੇ ਤਰੀਕੇ ਨਾਲ ਮਗਧ ਕੀ ਹੈ? ਇੱਕ ਕਿੰਗਡਮ ਹੈਗਾ ਅਤੇ ਉਹਦੇ ਵਿੱਚ ਰਾਜ ਕਰਨ ਵਾਲੇ ਪਰਿਵਾਰ ਨੇ ਜਿਹੜੇ ਉਹ ਚੇਂਜ ਹੁੰਦੇ ਰਹਿਣਗੇ ਜਿਵੇਂ ਸਰਕਾਰਾਂ ਨੇਗੀਆਂ। ਤਾਂ ਪਹਿਲਾ ਸੀਗਾ ਹਰਿਆਣਕਾ ਵੰਸ਼, ਉਸ ਤੋਂ ਬਾਅਦ ਆਇਆ ਆਪਣਾ ਸ਼ਿਸ਼ੂਨਾਗਾ ਵੰਸ਼। ਹਰਿਆਣਕਾ ਵੰਸ਼ ਦਾ ਹੀ ਰਾਜਾ ਸੀਗਾ ਬਿੰਬੀਸਾਰ।
ਅਤੇ ਸ਼ਿਸ਼ੂਨਾਗਾ ਵੰਸ਼ ਦਾ ਫਾਊਂਡਰ ਜਿਹੜਾ ਹੁੰਦਾ ਉਹ ਵੀ ਸ਼ਿਸ਼ੂਨਾਗ ਹੀ ਹੁੰਦਾ। ਅਤੇ ਉਸ ਤੋਂ ਬਾਅਦ ਆਇਆ ਆਪਣਾ ਨੰਦ ਵੰਸ਼, ਨੰਦਾ ਡਾਇਨੈਸਟੀ ਤੋਂ ਬਾਅਦ ਆਈ ਹੈ ਮੌਰੀਆ ਡਾਇਨੈਸਟੀ, ਮੌਰੀਆ ਡਾਇਨੈਸਟੀ ਤੋਂ ਬਾਅਦ ਆਈ ਹੈ ਆਪਣੀ ਸ਼ੁੰਗਾ ਡਾਇਨੈਸਟੀ, ਸ਼ੁੰਗਾ ਤੋਂ ਬਾਅਦ ਆਈ ਹੈ ਆਪਣੀ ਕਨਵਾ ਡਾਇਨੈਸਟੀ। ਠੀਕ ਹੈ ਜੀ, ਤਾਂ ਇਹ ਸਾਰੀਆਂ ਜਿਹੜੀਆਂ ਡਾਇਨੈਸਟੀਜ਼ ਆਈਆਂ ਨੇ ਆਪਣੀ ਮਗਧ ਐਮਪਾਇਰ ਦੇ ਵਿੱਚ। ਨੈਕਸਟ ਆਇਆ ਵਿੱਚ ਆਫ ਦਾ ਫੋਲੋਇੰਗ ਮੌਰੀਆਨ ਐਮਪਰਰਸ ਐਬਡੀਕੇਟਿਡ ਹਿਸ ਥਰੋਨ ਐਂਡ ਮਾਈਗ੍ਰੇਟਿਡ ਟੂ ਸਾਊਥ ਟੂ ਲਿਵ ਐਜ਼ ਏ ਜੈਨਸੈਟਿਕ। ਮਤਲਬ ਕਿ ਇਹਨਾਂ ਦੇ ਵਿੱਚੋਂ ਮੌਰੀਅਨ ਸਮਰਾਜ, ਮੌਰੀਅਨ ਸਮਰਾਜ ਆ ਹੁਣੀ ਤੁਹਾਨੂੰ ਦੱਸ ਕੇ ਹਟੇ ਜਿਹੜੇ ਮਗਧ ਦੇ ਵਿੱਚ ਰਾਜ ਕੀਤਾ, ਕਿਹੜਾ ਰਾਜਾ ਸੀ ਜਿਹਨੇ ਆਪਣੇ ਗੱਦੀ ਦਾ ਜਾਂ ਆਪਣੇ ਤਾਜ ਦਾ ਤਿਆਗ ਕੀਤਾ ਹੈਗਾ ਅਤੇ ਉਹ ਸਾਊਥ ਦੇ ਵਿੱਚ ਚਲਾ ਗਿਆ ਸੀਗਾ, ਮਤਲਬ ਸਾਧੂ ਸੰਤਾਂ ਦਾ ਜੀਵਨ ਬਤੀਤ ਕਰਨ ਲਈ। ਚੰਦਰਗੁਪਤ ਮੌਰੀਆ, ਅਸ਼ੋਕ, ਬਿੰਦੂਸਾਰ, ਦਸ਼ਰਥ, ਤਾਂ ਇਸਦਾ ਸਹੀ ਆਂਸਰ ਹੈ ਜੀ ਚੰਦਰਗੁਪਤ। ਚੰਦਰਗੁਪਤ ਦਾ ਤੁਹਾਨੂੰ ਪਤਾ ਹੈਗਾ ਇਹ ਪਰਸਨ ਨੇ ਜਿਹੜਾ ਹੈ ਆਪਦੇ ਜੀਵਨ ਦੇ ਵਿੱਚ ਐਂਡ ਦੇ ਵਿੱਚ ਜਾ ਕੇ ਜਿਹੜਾ ਹੈ ਜੈਨ ਧਰਮ ਨੂੰ ਅਡੋਪਟ ਕੀਤਾ ਹੈਗਾ ਅਤੇ ਇਹ ਜਿਹੜਾ ਹੈ ਸਾਊਥ ਇੰਡੀਆ ਦੇ ਵਿੱਚ ਮਾਈਗ੍ਰੇਟ ਕਰ ਜਾਂਦੇ ਨੇਗੇ। ਬਿੰਦੂਸਾਰ ਜਿਹੜਾ ਅਸ਼ੋਕ ਹੈ ਇਹ ਚੰਦਰਗੁਪਤ ਮੌਰੀਆ ਦਾ ਗ੍ਰੈਂਡਸਨ ਹੁੰਦਾ ਅਤੇ ਇਹਨਾਂ ਨੇ ਜਿਹੜਾ ਧਰਮ ਅਡੋਪਟ ਕੀਤਾ ਸੀ ਉਹ ਸੀਗਾ ਬੁੱਧੀਜ਼ਮ। ਅਤੇ ਬਿੰਦੂਸਾਰ ਹੈ ਜਿਹੜਾ, ਬਿੰਦੂਸਾਰ ਨੇ ਇੱਕ ਹੋਰ ਧਰਮ ਅਡੋਪਟ ਕੀਤਾ ਸੀਗਾ ਆਜੀਵਿਕਾ। ਠੀਕ ਹੈ ਜੀ, ਤਾਂ ਚੰਦਰਗੁਪਤ ਦਾ ਮੁੰਡਾ ਸੀਗਾ ਬਿੰਦੂਸਾਰ, ਬਿੰਦੂਸਾਰ ਦਾ ਮੁੰਡਾ ਸੀਗਾ ਅੱਗੇ ਅਸ਼ੋਕ, ਅਤੇ ਇਹਨਾਂ ਦਾ ਹੈਗਾ ਜੈਨ ਧਰਮ, ਇਹਨਾਂ ਦਾ ਹੈਗਾ ਆਜੀਵਿਕਾ ਧਰਮ, ਇਹਨਾਂ ਦਾ ਹੈਗਾ ਆਪਣਾ ਬੁੱਧ ਧਰਮ, ਇਹ ਚੀਜ਼। ਨੈਕਸਟ ਹੈ ਜੀ, ਵਿੱਚ ਅਮੰਗ ਦਾ ਫੋਲੋਇੰਗ ਇਜ਼ ਕੋਨਸਟੀਟਿਊਸ਼ਨਲ ਬੋਡੀ ਅਪੁਆਇੰਟਡ ਬਾਈ ਦਾ ਪ੍ਰੈਸੀਡੈਂਟ ਐਵਰੀ 5 ਈਅਰਸ ਟੂ ਰਿਵਿਊ ਸੈਂਟਰ ਸਟੇਟ ਫਾਈਨੈਂਸ ਫਾਈਨੈਂਸ਼ੀਅਲ ਰਿਲੇਸ਼ਨਸ਼ਿਪ। ਮਤਲਬ ਕਿ ਇਹਨਾਂ ਦੇ ਵਿੱਚੋਂ ਆਪਸ਼ਨਸ ਦੇ ਵਿੱਚੋਂ ਕਿਹੜੀ ਐਸੀ ਬੋਡੀ ਹੈ ਜਿਹੜੀ ਹਰ 5 ਸਾਲਾਂ ਦੇ ਬਾਅਦ ਰਾਸ਼ਟਰਪਤੀ ਦੁਆਰਾ ਬਣਾਈ ਜਾਂਦੀ ਹੈ, ਜਿਹੜੀ ਕਿ ਸੈਂਟਰ ਔਰ ਸਟੇਟਸ ਦੇ ਵਿੱਚ ਜਿਹੜੇ ਆਪਣੇ ਵਿੱਤ ਹੁੰਦੇ ਨੇ ਜਾਂ ਫੰਡ ਹੁੰਦੇ ਨੇ, ਮਤਲਬ ਫਾਈਨੈਂਸ਼ੀਅਲ ਰਿਸੋਰਸਿਸ ਨੇ, ਉਹਨਾਂ ਦੀ ਡਿਸਟ੍ਰੀਬਿਊਸ਼ਨ ਕਰਨ ਦੇ ਲਈ ਬਣਾਈ ਜਾਂਦੀ ਹੈਗੀ ਹੈ। ਤਾਂ ਫਾਈਨੈਂਸ ਕਮਿਸ਼ਨ, ਇੰਟਰ ਸਟੇਟ ਕਮਿਸ਼ਨ, ਇੰਟਰ ਸਟੇਟ ਕਾਊਂਸਿਲ, ਜੋਨਲ ਕਾਊਂਸਿਲ, ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ ਏ। ਆਰਟੀਕਲ 280 ਦੇ ਵਿੱਚ ਲਿਖਿਆ ਹੋਇਆ ਹੈਗਾ ਕਿ ਆਪਣਾ ਜਿਹੜਾ ਹੈ ਫਾਈਨੈਂਸ ਕਮਿਸ਼ਨ ਹਰ 5 ਸਾਲਾਂ ਦੇ ਬਾਅਦ ਰਾਸ਼ਟਰਪਤੀ ਦੁਆਰਾ ਹੀ ਗਠਿਤ ਕੀਤਾ ਜਾਏਗਾ। ਨੈਕਸਟ ਆਇਆ, ਹੂ ਵਾਜ਼ ਦਾ ਔਥਰ ਆਫ ਦਾ ਬੁੱਕ 1857 ਇਨ ਇੰਡੀਆ ਮਿਊਟਨੀ ਔਰ ਵਾਰ ਆਫ ਇੰਡੀਪੈਂਡੈਂਸ। ਮਤਲਬ ਇਹ ਕਿਤਾਬ ਨੂੰ ਲਿਖਣ ਵਾਲੇ ਪਰਸਨ ਦਾ ਨਾਮ ਕੀ ਹੈ? ਮੌਲਾਨਾ ਆਜ਼ਾਦ, ਐਸ ਬੀ ਚੌਧਰੀ, ਐਸ ਐਨ ਸੇਨ, ਏ ਟੀ ਐਮਰੀ। ਤਾਂ ਇਸਦਾ ਸਹੀ ਆਂਸਰ ਹੈ ਜੀ ਏ ਟੀ ਐਮਰੀ। ਨੈਕਸਟ ਆਇਆ, ਵੈਨ ਵਾਜ਼ ਦਾ ਲੋਕਾਯੁਕਤ ਇਸਟੈਬਲਿਸ਼ਡ ਇਨ ਦਿੱਲੀ। ਇੱਕ ਚੀਜ਼ ਯਾਦ ਰੱਖਿਓ ਜੀ, ਜੇ ਪੁੱਛਿਆ ਜਾਵੇ ਲੋਕਾਯੁਕਤ ਪਹਿਲੀ ਵਾਰ ਕਿੱਥੇ ਬਣਾਇਆ ਗਿਆ ਤਾਂ ਉਹ ਬਣਾਇਆ ਗਿਆ ਸੀ ਮਹਾਰਾਸ਼ਟਰ ਦੇ ਵਿੱਚ, ਬਟ ਇੱਥੇ ਸਪੈਸੀਫਿਕਲੀ ਪੁੱਛ ਲਿਆ ਵੀ ਦਿੱਲੀ ਦੇ ਵਿੱਚ ਕਦੋਂ ਬਣਾਇਆ ਗਿਆ? 1999, 2006, 1995, 2012। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ ਸੀ 1995। ਨੈਕਸਟ ਆਇਆ, ਇਨ ਵਿੱਚ ਈਅਰ ਸੈਂਟਰਲ ਕਾਊਂਸਿਲ ਆਫ ਹੋਮਿਓਪੈਥੀ ਐਕਟ ਵਾਜ਼ ਇਨੈਕਟਿਡ। ਮਤਲਬ ਸੈਂਟਰਲ ਕਾਊਂਸਿਲ ਆਫ ਹੋਮਿਓਪੈਥੀ ਵਾਲਾ ਐਕਟ ਕਦੋਂ ਇਨੈਕਟ ਕੀਤਾ ਗਿਆ ਗਾ? 72, 73, 74, 75। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ ਬੀ 1973। ਨੈਕਸਟ ਆਇਆ, ਇਫ ਦਾ ਪ੍ਰੈਜੀਡੈਂਟ ਵਾਂਟਸ ਟੂ ਰਿਜ਼ਾਈਨ ਫਰੋਮ ਦਾ ਆਫਿਸ ਹੀ ਮੇ ਡੂ ਸੋ ਬਾਈ ਰਾਈਟਿੰਗ ਟੂ ਦਾ। ਮਤਲਬ ਅਗਰ ਰਾਸ਼ਟਰਪਤੀ ਨੇ ਆਪਦੇ ਪੋਜੀਸ਼ਨ ਤੋਂ ਅਸਤੀਫਾ ਦੇਣਾ ਹੋਵੇ ਤਾਂ ਉਹ ਕਿਹੜੇ ਬੰਦੇ ਨੂੰ ਲਿਖ ਕੇ ਅਸਤੀਫਾ ਦੇ ਸਕਦਾ ਹੈਗਾ? ਵਾਈਸ ਪ੍ਰੈਸੀਡੈਂਟ, ਚੀਫ ਜਸਟਿਸ ਆਫ ਇੰਡੀਆ, ਪ੍ਰਾਈਮ ਮਿਨਿਸਟਰ, ਸਪੀਕਰ ਆਫ ਲੋਕ ਸਭਾ। ਤਾਂ ਇਸਦਾ ਸਹੀ ਆਂਸਰ ਹੋਏਗਾ ਜੀ ਆਪਸ਼ਨ ਨੰਬਰ ਏ, ਵਾਈਸ ਪ੍ਰੈਸੀਡੈਂਟ। ਬਟ ਜੇ ਵਾਈਸ ਪ੍ਰੈਸੀਡੈਂਟ ਨੇ ਆਪਣਾ ਅਸਤੀਫਾ ਦੇਣਾ ਹੋਵੇ, ਵਾਈਸ ਪ੍ਰੈਸੀਡੈਂਟ ਆਪਣਾ ਅਸਤੀਫਾ ਕਿਹਨੂੰ ਦਊਗਾ? ਉਹ ਦਏਗਾ ਰਾਸ਼ਟਰਪਤੀ ਨੂੰ। ਠੀਕ ਹੈ ਜੀ, ਨੈਕਸਟ ਆਇਆ, ਦਾ ਪ੍ਰੈਸੀਡੈਂਟ ਆਫ ਇੰਡੀਆ ਇਜ਼। ਆਪਣਾ ਰਾਸ਼ਟਰਪਤੀ ਕੀ ਹੁੰਦਾ? ਕਮਾਂਡਰ ਇਨ ਚੀਫ ਆਫ ਔਲ ਡਿਫੈਂਸ ਫੋਰਸਿਸ। ਮਤਲਬ ਜ਼ਿਆਦਾਤਰ ਬੱਚੇ ਨਾ ਜੀ ਇਹੀ ਆਪਸ਼ਨ ਪੜ੍ਹ ਕੇ ਟਿੱਕ ਲਾ ਦੇਣਗੇ, ਅੱਗੇ ਪੜ੍ਹਨਾ ਹੀ ਨਹੀਂ ਹੈਗਾ, ਪਹਿਲਾਂ ਪੂਰਾ ਕੁਐਸਚਨ ਪੜ੍ਹੀਦਾ ਹੁੰਦਾ ਹੈਗਾ। ਸੁਪਰੀਮ ਕਮਾਂਡਰ ਆਫ ਆਰਮਡ ਫੋਰਸਿਸ, ਹੈੱਡ ਆਫ ਦਾ ਗਵਰਮੈਂਟ, ਸੁਪਰੀਮ ਕਮਾਂਡਰ ਆਫ ਡਿਫੈਂਸ ਫੋਰਸਿਸ ਆਫ ਯੂਨੀਅਨ ਐਂਡ ਐਗਜ਼ੀਕਿਊਟਿਵ ਹੈੱਡ ਆਫ ਦਾ ਯੂਨੀਅਨ। ਤਾਂ ਇਸਦਾ ਸਹੀ ਆਂਸਰ ਹੋਏਗਾ ਜੀ ਆਪਸ਼ਨ ਨੰਬਰ ਡੀ। ਆਪਣਾ ਜਿਹੜਾ ਰਾਸ਼ਟਰਪਤੀ ਹੈ, ਜਿਹੜੀ ਵੀ ਆਪਣੀਆਂ ਡਿਫੈਂਸ ਫੋਰਸਿਸ ਨੇ ਉਹਨਾਂ ਦਾ ਤਾਂ ਸੁਪਰੀਮ ਕਮਾਂਡਰ ਹੋਏਗਾ ਹੀ ਹੋਏਗਾ, ਬਟ ਜਿਹੜਾ ਆਪਣਾ ਯੂਨੀਅਨ ਹੈ, ਕੇਂਦਰ ਦੀ ਸਰਕਾਰ ਹੈ ਜਿਹੜੀ ਬੇਸਿਕਲੀ, ਉਹਦਾ ਵੀ ਜਿਹੜਾ ਯੂਨੀਅਨ ਦਾ ਐਗਜ਼ੀਕਿਊਟਿਵ ਹੈੱਡ ਹੋਏਗਾ ਉਹ ਵੀ ਆਪਣਾ ਰਾਸ਼ਟਰਪਤੀ ਹੀ ਹੋਏਗਾ। ਨੈਕਸਟ ਆਇਆ ਜੀ, ਜੀ ਐਸ ਟੀ ਫਾਲਸ ਅੰਡਰ ਵਿੱਚ ਆਫ ਦਾ ਫੋਲੋਇੰਗ ਟਾਈਪ ਆਫ ਟੈਕਸ। ਜੀ ਐਸ ਟੀ ਜਿਹੜਾ ਗੁੱਡਸ ਐਂਡ ਸਰਵਿਸ ਟੈਕਸ ਹੈ, ਇਹਦਾ ਤੁਸੀਂ ਕਮੈਂਟ ਕਰਕੇ ਦੱਸਣਾ ਜੀ ਵੀ ਇਹਨੂੰ ਆਪਾਂ ਕਿਹੜੀ ਅਮੈਂਡਮੈਂਟ ਦੇ ਨਾਲ ਜਿਹੜਾ ਹੈ ਕੋਨਸਟੀਟਿਊਸ਼ਨ ਦਾ ਪਾਰਟ ਬਣਾਇਆ,
ਕਿੰਨੇ ਹੀ ਕੁਐਸਚਨ ਇਹ ਕਿੰਨੇ ਹੀ ਵਾਰ ਇਹ ਕੁਐਸਚਨ ਹੈ ਜਿਹੜਾ ਰਿਪੀਟ ਹੋ ਚੁੱਕਿਆ ਹੈਗਾ। ਤਾਂ ਅਮੈਂਡਮੈਂਟ ਪੁੱਛੀ ਜਾਂਦੀ ਹੈ ਜੀ ਜੀ ਐਸ ਟੀ ਦੇ, ਤਾਂ ਇਹ ਦੱਸਣਾ ਹੈਗਾ ਵੀ ਇਹ ਕਿਹੜੀ ਅਮੈਂਡਮੈਂਟ ਨਾਲ ਐਡ ਕੀਤਾ ਗਿਆ। ਹੁਣ ਇਹਦਾ ਪੁੱਛਿਆ ਗਿਆ ਵੀ ਇਹ ਕਿਹੜੀ ਤਰ੍ਹਾਂ ਦਾ ਟੈਕਸ ਹੈ, ਡਾਇਰੈਕਟ ਟੈਕਸ। ਡਾਇਰੈਕਟ ਟੈਕਸ ਕੀ ਹੁੰਦਾ ਹੈਗਾ ਵੀ ਜਿਹੜੇ ਬੰਦੇ 'ਤੇ ਆਪਾਂ ਨੇ ਟੈਕਸ ਲਗਾਇਆ ਉਹਨੂੰ ਕਹਿੰਦੇ ਨੇ ਟੈਕਸ ਇੰਸੀਡੈਂਸ, ਅਤੇ ਉਹੀ ਬੰਦਾ ਜੇ ਟੈਕਸ ਭਰਨ ਦਾ ਕੰਮ ਕਰੇ ਉਹਨੂੰ ਕਹਿੰਦੇ ਨੇ ਟੈਕਸ ਬਰਡਨ। ਜੇ ਸਪੋਜ਼ ਕਰੋ ਮੇਰੀ ਇਨਕਮ ਹੈਗੀ ਹੈ ਮਹੀਨੇ ਦੀ 1,00,000 ਰੁਪਈਆ ਇਨਕਮ ਹੈਗੀ ਹੈ, ਅਤੇ ਸਾਲ ਦੀ ਇਨਕਮ ਕਿੰਨੀ ਹੋ ਗਈ 12,00,000। ਹੁਣ ਮੇਰੇ 'ਤੇ ਸਰਕਾਰ ਨੇ ਸਪੋਜ਼ ਕਰੋ 2,00,000 ਰੁਪਏ ਟੈਕਸ ਲਗਾਤਾ ਹੈਗਾ, ਠੀਕ ਹੈ। ਤਾਂ ਮੇਰੇ 'ਤੇ ਟੈਕਸ ਲੱਗਿਆ ਤਾਂ ਉਹਨੂੰ ਮੈਂ ਕੋਈ ਕਹੂੰਗਾ ਟੈਕਸ ਇੰਸੀਡੈਂਸ, ਅਤੇ ਮੈਂ ਹੀ ਇਹ ਪੈਸੇ ਨੂੰ ਭਰਨ ਦਾ ਕੰਮ ਕਰੂੰਗਾ, ਤਾਂ ਉਹ ਕੀ ਆ ਗਿਆ ਟੈਕਸ ਬਰਡਨ। ਜਦੋਂ ਟੈਕਸ ਇੰਸੀਡੈਂਸ ਅਤੇ ਟੈਕਸ ਬਰਡਨ ਇੱਕੋ ਬੰਦੇ 'ਤੇ ਹੋਵੇ ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਟੈਕਸ ਡਾਇਰੈਕਟ ਟੈਕਸ, ਠੀਕ ਹੈ। ਅਤੇ ਜਦੋਂ ਵੀ ਅਤੇ ਡਾਇਰੈਕਟ ਟੈਕਸ ਦੀ ਇਗਜ਼ਾਮਪਲ ਹੈਗੀ ਆਪਣੀ ਇਨਕਮ ਟੈਕਸ, ਕਾਰਪੋਰੇਟ ਟੈਕਸ, ਅਤੇ ਦੂਜਾ ਆ ਗਿਆ ਆਪਣੇ ਕੋਲ ਇਨਡਾਇਰੈਕਟ ਟੈਕਸ। ਇਨਡਾਇਰੈਕਟ ਟੈਕਸ ਕੀ ਹੋ ਗਿਆ, ਜਦੋਂ ਤੁਹਾਡੇ ਕੋਲ ਮਤਲਬ ਟੈਕਸ ਕਿਸੇ 'ਤੇ ਲਗਾਇਆ ਬਟ ਉਹਨੂੰ ਭਰਨ ਦਾ ਕੰਮ ਕੋਈ ਹੋਰ ਬੰਦਾ ਕਰ ਰਿਹਾ। ਹੁਣ ਤੁਸੀਂ ਰੈਸਟੋਰੈਂਟਸ ਵਗੈਰਾ ਦੇ ਵਿੱਚ ਖਾਣਾ ਖਾਣ ਜਾਂਦੇ ਹੋਵੋਗੇ, ਉੱਥੇ ਤੁਸੀਂ ਦੇਖਿਆ ਹੈਗਾ ਹੁਣ ਸਰਕਾਰ ਨੇ ਤਾਂ ਰੈਸਟੋਰੈਂਟ 'ਤੇ ਟੈਕਸ ਲਗਾਇਆ ਬਟ ਰੈਸਟੋਰੈਂਟ ਵਾਲਾ ਟੈਕਸ ਕਿਸ ਤੋਂ ਲੈ ਰਿਹਾ ਹੈਗਾ, ਉਹ ਤੁਹਾਡੇ ਤੋਂ ਲਿੱਤਾ ਜਾਂਦਾ ਹੈਗਾ। ਜਿਹੜਾ ਬਿੱਲ ਕੱਟ ਕੇ ਮਿਲਦਾ ਤੁਹਾਨੂੰ ਉਹਦੇ 'ਤੇ ਕਦੇ ਪੜ੍ਹ ਕੇ ਦੇਖਿਓ ਤਾਂ ਲਿਖਿਆ ਹੁੰਦਾ CGST SGST, ਠੀਕ ਹੈ ਜੀ। ਤਾਂ GST ਦਾ ਪੁੱਛਿਆ ਗਿਆ ਵੀ ਕਿਹੜੇ ਤਰ੍ਹਾਂ ਦਾ ਟੈਕਸ ਹੈ, ਤਾਂ ਇਹ ਇਨਡਾਇਰੈਕਟ ਟੈਕਸ ਹੈਗਾ, ਠੀਕ ਹੈ ਜੀ। ਨੈਕਸਟ ਆਇਆ ਦ ਸੈਕਿੰਡ ਸੈਮੀਕੋਨ ਇੰਡੀਅਨ ਫਿਊਚਰ ਡਿਜ਼ਾਈਨ ਰੋਡ ਸ਼ੋਅ ਵਾਜ ਰੀਸੈਂਟਲੀ ਲਾਂਚਡ ਇਨ ਵਿਚ ਸਿਟੀ, ਮਤਲਬ ਇਹ ਜਿਹੜਾ ਰੋਡ ਸ਼ੋਅ ਹੈਗਾ ਇਹ ਭਾਰਤ ਦੇ ਕਿਹੜੀ ਸ਼ਹਿਰ ਦੇ ਵਿੱਚ ਸ਼ੁਰੂ ਕੀਤਾ ਗਿਆ, ਹੈਦਰਾਬਾਦ, ਚੇਨਈ, ਬੈਂਗਲੌਰ, ਗਾਂਧੀਨਗਰ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ ਸੀ, ਬੈਂਗਲੌਰ। ਨੈਕਸਟ ਹੈ ਬਾਬਾ ਸਾਹਿਬ ਅੰਬੇਦਕਰ ਯਾਤਰਾ ਟੂਰ ਇਜ਼ ਏ ਪਾਰਟ ਆਫ ਵਿਚ ਇਨੀਸ਼ੀਏਟਿਵ, ਜਿਹੜੀ ਇਹ ਟੂਰ ਹੈਗਾ ਇਹ ਕਿਸ ਦਾ ਪਾਰਟ ਹੈ, ਦੇਖੋ ਆਪਣਾ ਦੇਸ਼, ਪ੍ਰਸਾਦ, ਪਰਖ, ਵਿਕਾਸ। ਤਾਂ ਇਸਦਾ ਆਂਸਰ ਹੈ ਜੀ ਦੇਖੋ ਆਪਣਾ ਦੇਸ਼। ਨੈਕਸਟ ਹੈ December 18 is observed as the minorities right in India. Government has recognized 6 communities as minorities. ਮਤਲਬ ਕਿ December 18 ਨੂੰ ਕੀ ਹੈ ਜੀ ਆਪਣੇ ਦੇਸ਼ ਦੇ ਵਿੱਚ ਘੱਟ ਗਿਣਤੀਆਂ ਦਾ ਦਿਨ ਮਨਾਇਆ ਜਾਂਦਾ, ਅਤੇ ਭਾਰਤ ਸਰਕਾਰ ਨੇ 6 ਕਮਿਊਨਿਟੀਜ਼ ਐਸੀਆਂ ਨੇ ਜਿਨ੍ਹਾਂ ਨੂੰ ਘੱਟ ਗਿਣਤੀ ਜਾਂ ਮਾਇਨੋਰਿਟੀਜ਼ ਦਾ ਸਟੇਟਸ ਦਿੱਤਾ ਗਿਆ। ਤਾਂ ਇਹਦੇ 'ਚ ਪੁੱਛਿਆ ਗਿਆ ਹੈਗਾ ਵੀ ਵਿਚ ਆਫ ਦਾ ਫੋਲੋਇੰਗ ਇਜ਼ ਨੋਟ, ਮਤਲਬ ਕਿਹੜੀ ਇਹਨਾਂ ਦੇ ਵਿੱਚੋਂ ਜਿਹੜੀ ਹੈ ਉਹ 6 ਦਾ ਹਿੱਸਾ ਨਹੀਂ ਬਣਦੀ, ਮਤਲਬ 6 ਕਮਿਊਨਿਟੀਜ਼ ਦਾ ਪਾਰਟ ਨਹੀਂ ਬਣਦੀ, ਹਿੰਦੀ, ਸਿੱਖ, ਬੁੱਧਿਸਟ, ਜੈਨ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ ਏ। ਹੁਣ ਤੁਹਾਨੂੰ ਪਤਾ ਜੀ ਇਸਦਾ ਸਹੀ ਆਂਸਰ ਹੋਇਆ ਪਹਿਲਾਂ ਤਾਂ ਸਿੰਧੀ, ਆਪਣੇ ਹੋ ਗਏ, ਮੁਸਲਿਮ ਹੋ ਗਏ ਜੀ, ਸਿੱਖ ਹੋ ਗਏ, ਬੁੱਧਿਸਟ ਹੋ ਗਏ, ਜੈਨ ਹੋ ਗਏ, ਕ੍ਰਿਸਚਨ ਹੋ ਗਏ, ਇਸ ਤੋਂ ਇਲਾਵਾ ਜਿਹੜੇ ਪਾਰਸੀ ਹੁੰਦੇ ਨੇਗੇ, ਪਾਰਸੀਸ, ਠੀਕ ਹੈ ਜੀ। ਇਹ 6 ਕਮਿਊਨਿਟੀਜ਼ ਨੇ ਜਿਨ੍ਹਾਂ ਨੂੰ ਕੀ ਕੀਤਾ ਹੈ ਭਾਰਤ ਸਰਕਾਰ ਨੇ ਐਜ਼ ਏ ਮਾਇਨੋਰਿਟੀ ਦਾ ਸਟੇਟਸ ਦਿੱਤਾ ਹੋਇਆ ਹੈਗਾ। ਨੈਕਸਟ ਹੈ ਜੀ ਸ਼ਿਵਾ ਮੋਗਾ ਏਅਰਪੋਰਟ ਵਾਜ਼ ਇਨੈਗੂਰੇਟਿਡ ਇਨ ਵਿਚ ਆਫ ਦਾ ਸਟੇਟ ਜਾਂ ਯੂਟੀ, ਸ਼ਿਵਾ ਮੋਗਾ ਏਅਰਪੋਰਟ ਭਾਰਤ ਦੇ ਵਿੱਚ ਕਿੱਥੇ ਸ਼ੁਰੂ ਕੀਤਾ ਗਿਆ, ਨਿਊ ਦਿੱਲੀ, ਕਰਨਾਟਕ, ਉੜੀਸਾ, ਵੈਸਟ ਬੰਗਾਲ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ ਬੀ, ਕਰਨਾਟਕ। ਨੈਕਸਟ ਹੈ ਜੀ ਵਿਚ ਆਫ ਦਾ ਵਿਚ ਇਜ਼ ਦਾ ਫਸਟ ਸਟੇਟ ਇਨ ਦਾ ਕੰਟਰੀ ਟੂ ਯੂਜ਼ ਰੋਬੋਟਿਕ ਟੈਕਨੋਲੋਜੀ ਟੂ ਕਲੀਨ ਆਲ ਇਟਸ ਕਮਿਸ਼ਨਡ ਮੈਨਹੋਲਸ। ਮੈਨਹੋਲ ਕੀ ਆ ਗਏ ਜੀ, ਜਿਹੜੇ ਆਪਣੇ ਸੀਵਰ ਵਗੈਰਾ ਆ ਗਏ, ਗਟਰ ਵਗੈਰਾ ਆ ਗਏ, ਇਹਨਾਂ ਨੂੰ ਸਫਾਈ ਕਰਨ ਲਈ ਜਿਹੜਾ ਹੈ ਕਿਹੜੀ ਸਟੇਟ ਗਵਰਨਮੈਂਟ ਨੇ ਆਪਦੇ ਸਟੇਟ ਦੇ ਵਿੱਚ ਪਹਿਲੀ ਵਾਰ ਰੋਬੋਟਿਕਸ ਜਾਂ ਰੋਬੋਟਸ ਦੀ ਯੂਜ਼ ਕੀਤਾ ਹੈਗਾ, ਤਮਿਲਨਾਡੂ, ਕੇਰਲਾ, ਉੜੀਸਾ, ਪੰਜਾਬ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ ਬੀ, ਕੇਰਲਾ। ਨੈਕਸਟ ਹੈ ਸੁਪੋਸ਼ਿਤ ਮਾਂ ਅਭਿਆਨ ਵਾਜ਼ ਲਾਂਚਡ ਇਨ ਵਿਚ ਸਟੇਟ, ਸੁਪੋਸ਼ਿਤ ਮਾਂ ਅਭਿਆਨ ਭਾਰਤ ਦੇ ਵਿੱਚ ਕਿਹੜੀ ਸਟੇਟ ਦੇ ਵਿੱਚ ਸ਼ੁਰੂ ਕੀਤਾ ਗਿਆ, ਕਰਨਾਟਕ, ਯੂਪੀ, ਰਾਜਸਥਾਨ, ਅਸਾਮ। ਤਾਂ ਇਸਦਾ ਸਹੀ ਆਂਸਰ ਹੈ ਜੀ ਆਪਸ਼ਨ ਨੰਬਰ ਸੀ, ਰਾਜਸਥਾਨ। ਸੋ ਅੱਜ ਦੇ ਸੈਸ਼ਨ ਦੇ ਵਿੱਚ ਗਾਈਜ਼ ਇੰਨਾ ਹੀ, ਮਿਲਦੇ ਹਾਂ ਜੀ ਨੈਕਸਟ ਸੈਸ਼ਨ ਦੇ ਵਿੱਚ। ਹੈਲੋ ਸਟੂਡੈਂਟ,
कैसे हैं आप लोग? उम्मीद करते हैं बहुत अच्छे होंगे। तो जैसे कि आपको मालूम है कि हर हफ्ते आपके लिए एक मॉक लाया जाता है, तो मैं आशीष आजाव का फिर से स्वागत करता हूं मॉक 87 में। चलिए स्टार्ट करते हैं। तो सबसे पहले फर्स्ट क्वेश्चन में क्या है, चेंजिंग एन एग्जिस्टिंग डॉक्यूमेंट इज कॉल्ड, जो चेंज करना है एग्जिस्टिंग डॉक्यूमेंट को उसे क्या बोला जाता है? आपके पास क्रिएटिंग, एडिटिंग, मॉडिफाइंग या फिर एडजस्टिंग। तो आपके पास चेंज करना है किसी भी बने हुए डॉक्यूमेंट को, उसे क्या मतलब, उसमें हम लोग क्या करते हैं, एडिटिंग का काम करते हैं, किसी भी फॉर्मेट को एडिट करने का हम लोग यहाँ पे काम करते हैं। तो आंसर क्या आएगा, बी ऑप्शन। आंसर क्या आएगा, बी ऑप्शन। नेक्स्ट बात करता हूं, अगला क्वेश्चन अगले में आप लोग चेक करेंगे क्या है, वर्चुअल मेमोरी, अ मेमोरी ऑन द हार्ड डिस्क दैट द सीपीयू यूज एंड एक्सटेंड द रैम। वर्चुअल का मीनिंग क्या होता है, जो कि रियल में नहीं होती है। तो वर्चुअल का मीनिंग जो कि रियल में नहीं होता, तो यहाँ पे भी यही बना है, एक ऐसी मेमोरी जो कि आपके पास रियल टाइम पे नहीं होती है, बट उसका यूज करके हम लोग क्या करते हैं, हार्ड डिस्क की कैपेसिटी को बढ़ा लेते हैं ड्यूरिंग द रन टाइम। तो आंसर क्या बनेगा, ए ऑप्शन में ही यहाँ पे सब कुछ लिखा हुआ है, तो आगे जाने की जरूरत नहीं है। नेक्स्ट अगर बात करता हूं अगले क्वेश्चन में आपके पास क्या लिखा हुआ है वो चेक करते हैं, कंप्यूटर यूज द नंबर सिस्टम टू स्टोर डेटा एंड परफॉर्म कैलकुलेशन, डेसिमल, हेक्साडेसिमल, ऑक्टल या फिर बाइनरी। तो कंप्यूटर में आप लोग जो भी नंबर डिस्प्ले करते हैं वो बाइनरी में करते हैं, बाइनरी का मतलब होता है जीरो और वन के फॉर्मेट में आप लोग किसी भी वैल्यू को डिस्प्ले करते हैं। तो आंसर क्या आएगा, डी ऑप्शन। नेक्स्ट क्या है आपके पास, द की विल लॉन्च द स्टार्ट बटन, एस्केप, शिफ्ट, विंडो या फिर शॉर्टकट की। तो विंडोज की से आप लोग लॉन्च बटन यहां पे क्या करते हैं, स्टार्ट करते हैं। नेक्स्ट बात करता हूं, टू मूव टू द बिगनिंग ऑफ द लाइन, मतलब बिगनिंग ऑफ द स्टार्टिंग ऑफ द लाइन पे अगर आपको जाना है ऑफ द टेक्स्ट, प्रेस द होम पेज अप एंड या फिर एंटर। तो होम के अगर आप लोग क्लिक करेंगे तो जो सबसे पहला पेज होगा उसके टॉप पे, उसके बिगनिंग पे आप लोग पहुंच जाएंगे, ठीक है। नेक्स्ट अगर मैं बात करता हूं, व्हेन सेंडिंग एन ईमेल द लाइन डिस्क्राइब द कंटेंट ऑफ द मैसेज, ठीक है, कि आप ईमेल सेंड करते हैं तो मैसेज जो डिस्क्राइब होता है वो किस पे होता है, टू सब्जेक्ट, कंटेंट या फिर आपके पास, तो सब्जेक्ट से आप लोगों को बता दिया जाता है कि ये इसके रिगार्डिंग ईमेल आपके पास सेंड किया गया है। आंसर इज बी ऑप्शन। नेक्स्ट देखते हैं, विच वन इज द रिजल्ट ऑफ द आउटपुट गिवन बाय ए कंप्यूटर, डेटा, इंस्ट्रक्शन, आपके पास इंफॉर्मेशन या फिर, ठीक है, तो जो आउटपुट होती है, जो आउटपुट आपके पास होती है गिवन बाय ए कंप्यूटर, वो क्या होती है, इंफॉर्मेशन, वो क्या होती है, प्रोसेस फॉर्म ऑफ डेटा। तो वो इसका आंसर आएगा सी ऑप्शन, ठीक है। चलिए जी नेक्स्ट देखते हैं, अगला क्वेश्चन में क्या है, Which of the following is the largest unit of the storage, GB, KB, MB, TB? तो सबसे largest unit होता है TB, मतलब terabyte, ठीक है जी। चलिए next देखते हैं, the tells the computer how to use its component, utility, network, operating system या फिर application। तो operating system जो होता है वो कंप्यूटर को बताता है कैसे चलना है, क्या करना है, कब करना है, कितने टाइम पे कौन सा काम होगा। तो आंसर आएगा सी ऑप्शन, ठीक है। तो होपफुली यहां तक सभी को सारी चीजें क्लियर हुई होंगी। जुड़ने के लिए बहुत बहुत धन्यवाद, थैंक यू। हेलो स्टूडेंट, कैसे हैं आप लोग? उम्मीद करते हैं बहुत अच्छे होंगे। तो जैसे कि आपको मालूम है कि हर हफ्ते आपके लिए कुछ ना कुछ नया लाया जाता है, तो मैं आशीष आज आपका फिर से स्वागत करता हूं मॉक 87 में, और यहां पे एक एक करके चीजों को चेक करते हैं। चलिए बेटा चेक करते हैं सारी की सारी चीज़ों को, और जो जो यहाँ पे पूछा गया उसका आंसर यहाँ पे करते हैं। तो सबसे पहले क्या है, ऑल रिंग आर वर्ड, सारे के सारे रिंग क्या हैं, वर्ड हैं, पूरे के पूरे रिंग किसके अंदर आते हैं, आपके पास वर्ड्स,
देन आगे क्या है, सम वर्ड आर केजेस, सम वर्ड क्या है केजेस एंड ऑल केजेस आर काइट, सारी की सारी केजेस क्या है आपके पास, काइट है, ठीक है। तो सबसे पहले फर्स्ट कंक्लूजन में क्या है, ऑल काइट्स आर केजेस, सारे के सारे काइट क्या है केजेस के अंदर आते हैं, गलत। अगला क्या है, सम काइट आर रिंग, कुछ काइट क्या है रिंग है, कोई रिलेशन नहीं है। अगला क्या है, सम वर्ड आर काइट, कुछ वर्ड क्या है काइट है, हाँ बिल्कुल सही है। अगला क्या है, ऑल रिंग आर काइट, पूरे के पूरे रिंग क्या है काइट है, तो रिंग काइट के अंदर नहीं आते हैं। तो यहाँ पे क्या है, ओनली थर्ड फॉलो कर रहा है, तो आंसर क्या आएगा, सी ऑप्शन, आंसर क्या आएगा, सी ऑप्शन, ठीक है जी। चलिए नेक्स्ट क्वेश्चन की अगर बात करता हूँ, तो ये रहा अगला क्वेश्चन, आगे देखें आप लोग, गर्ल जी आई आर एल, गर्ल का कोड है एच जे एस एम। अब अगर मैं यहाँ पे बात करता हूँ आर एन ई एस मीन्स, देखो सात आठ नौ दस अठारह उन्नीस बारह और तेरह, ठीक है। अगर मैं बात करता हूँ सात से आठ आ गया, मतलब एक एक ऐड हुआ है, अठारह है चौदह है और पाँच है और आपके पास उन्नीस है, तो सिंपल सी बात है बेटा। अब यहाँ पे देखो अठारह से उन्नीस आएगा तो एस आएगा, ये सारे के सारे कैंसिल हो गए, डायरेक्ट आपके पास यहाँ पे आंसर आ गया, तो पूरा करने की जरूरत नहीं है, आप लोग ऐसे भी यहाँ पे आंसर निकाल सकते हैं। नेक्स्ट अगर बात करता हूँ अगले क्वेश्चन में क्या है, रीड द फॉलोइंग इन्फॉर्मेशन केयरफुली एंड आंसर द क्वेश्चन गिवन बिलो। तो सबसे पहले क्या है, देयर आर अ फैमिली ऑफ सिक्स पर्सन एल एम एन ओ पी एंड क्यू, ठीक है। दे आर प्रोफेसर, एक इनमें है प्रोफेसर साहब हैं, बिजनेसमैन है, चार्टर्ड अकाउंटेंट है एंड बैंक मैनेजर है, और इंजीनियर एंड मेडिकल रिप्रेजेंटेटिव, नोट इन दैट ऑर्डर, जैसे ये बोले गए हैं वैसे उस ऑर्डर में नहीं है, आगे पीछे आपके पास ऑर्डर है। देर आर टू मैरिड कपल, यहाँ पे क्या है, दो क्या है मैरिड कपल्स हैं, देर आर टू मैरिड कपल, टू क्या है मैरिड कपल हैं। अब अगर मैं यहाँ पे बात करता हूँ, द ओ द बैंक मैनेजर इज मैरिड टू द लेडी प्रोफेसर, अब देखो ओ जो है उसका बता दिया बैंक मैनेजर है, बैंक मैनेजर, ओ द बैंक मैनेजर इज मैरिड टू लेडी प्रोफेसर, उसने लेडी प्रोफेसर, तो ये फिर पॉजिटिव आएगा और लेडी प्रोफेसर क्या आपके पास, यहां पे मैं डाल देता हूं नेगेटिव साइन आएगा और प्रोफेसर। अब देखो उसने साफ तौर पे कहा था लेडी प्रोफेसर की बात करी थी, तो हमें पता चल गया कि लेडी प्रोफेसर आपके पास यहाँ पे आएगी, तो उसका जेंडर फीमेल है, तो ये क्या है मेल है, ठीक है। देन क्यू इज मेडिकल रिप्रेजेंटेटिव इज द सन ऑफ एम, अब क्यू जो है वो एम आर है और सन है किसका, क्यू द मेडिकल रिप्रेजेंटेटिव इज द सन ऑफ एम, और ये एम का बेटा है। देन आगे आपके पास है एंड ब्रदर ऑफ पी, और ये पी का भाई है, ठीक है। यहां तो हो गया एंड द चार्टेड अकाउंटेंट, एन जो है वो क्या है आपके पास सी ए है, ये भी उसने बता रखा है। इज द डॉटर इन लॉ ऑफ एल, एल की क्या है बहू है, मतलब एल की अगर बहू बनाना है तो एल का पहले कोई ना कोई यहां पे बेटा होगा, ठीक है। एल का आपके पास बहू बनाएंगे आप एन को, इसका मतलब ये था, ठीक है। देन द बिजनेसमैन इज मैरिड टू चार्टर्ड अकाउंटेंट, तो अब एन जो था वो सीए था और बिजनेसमैन से शादी कर रही है,
ठीक है, तो इसने साफ तौर पे लिखा है द बिजनेस मैन इज मैरिड टू चार्टर्ड अकाउंटेंट। तो दो मैरिड कपल भी आपके पास यहाँ पे मिल चुके हैं अभी तक, ठीक है। पी इज द अनमैरिड इंजीनियर, मतलब पी की शादी नहीं हुई है और पी का जेंडर पता लग गया है, अनमैरिड इंजीनियर है। एल इज द ग्रैंड मदर ऑफ क्यू, हाँ, तो अब यहाँ पे देखो एल जो है इसका पता चल गया फीमेल है और ग्रैंड मदर है क्यू की। तो एल को अगर मैं यहाँ पुट कर दूं, अब देखते हैं अगर एल यहाँ आएगा तो इसको थोड़ा सा मॉडिफाई कर लेते हैं। तो एल का बेटा आपके पास यहाँ पे अभी पता नहीं, पर उसकी जो है वो बिजनेसमैन है, ठीक है, और इसको मिटा लेते हैं इतने इतना। और इसकी बहू जो है एन, जो कि चार्टर्ड अकाउंटेंट है, एन जो कि इसकी बहू है और वो क्या है, चार्टर्ड अकाउंटेंट है, ठीक है। इतनी बात आपको यहाँ पे क्लियर है। और उसके बाद एम जो कि बिजनेसमैन है वो उसका बेटा आगे फर्दर क्यू है, क्यू जो कि आपके पास एम आर है, और यहाँ पे पी जो कि एक अनमैरिड इंजीनियर है, ठीक है। और आगे अगर मैं बात करता हूँ, लो जी आपके पास डायग्राम कंप्लीट हो गया। अब यहाँ पे आप लोग चाहे तो चेक कर सकते हैं, यहाँ पे क्यू इज द बैंक मैनेजर, देख लो क्यू इज द बैंक मैनेजर है, इज मैरिड टू द लेडी प्रोफेसर, लेडी प्रोफेसर से है, इज द, ठीक है, लेडी प्रोफेसर। क्यू इज द मेडिकल रिप्रेजेंटेटिव, एम आर भी आ गया, इज द सन ऑफ एम, और ये एम का सन भी है, एंड ब्रदर ऑफ पी, ठीक है जी। अब आगे आपके पास है एन इज द चार्टर्ड अकाउंटेंट, एन इज द चार्टर्ड अकाउंटेंट इज द डॉटर इन लॉ ऑफ एल, एल की डॉटर इन लॉ भी आ गई आपके पास। द बिजनेस मैन इज मैरिड टू चार्टर्ड अकाउंटेंट, बिजनेस मैन ने चार्टर्ड अकाउंटेंट से शादी की है। पी इज द अनमैरिड इंजीनियर, अब देखो अनमैरिड इंजीनियर है पर अभी आपको ये नहीं पता चला कि ये लड़का है या लड़की है, इतना पता चल गया बस, ठीक है। एल इज द ग्रैंडसन ऑफ क्यू, एल इज द ग्रैंड मदर ऑफ क्यू, अब एल जो है क्यू की ग्रैंड मदर भी बन गई। तो सारा का सारा डायग्राम यहाँ पे आपका कंप्लीट हो गया है। अब आगे यहाँ पे एक एक करके आंसर निकालते हैं। तो सबसे पहले आप लोग यहाँ पे देखेंगे फर्स्ट क्वेश्चन में है हाउ पी इज रिलेटेड टू क्यू। अगर पी की बात करते हैं तो पी का जेंडर अभी आपको यहाँ पे नहीं पता चला है, पर आपको या तो इतना पता है या तो ब्रदर होगा या तो सिस्टर होगी। तो आंसर क्या आएगा, आइदर ब्रदर और सिस्टर, ठीक है, डी ऑप्शन, ठीक है जी। नेक्स्ट देखते हैं अगला क्या है, विच ऑफ द फॉलोइंग इज द प्रोफेशन ऑफ एम, एम का प्रोफेशन क्या था। अगर एम के प्रोफेशन की हम लोग बात करते हैं तो एम का जो प्रोफेशन था वो क्या था, एम का प्रोफेशन था बिजनेसमैन, ठीक है, एम का प्रोफेशन था बिजनेसमैन। नेक्स्ट बात करते हैं एल का प्रोफेशन, एल का प्रोफेशन, एल लेडी प्रोफेसर थी, प्रोफेसर, ठीक है। चलिए नेक्स्ट देखते हैं विच ऑफ द फॉलोइंग इज वन ऑफ द मैरिड कपल, तो कपल जो थे वो आपके पास देखने पड़ेंगे, ऐसे तो याद नहीं, दो मैरिड कपल थे आपके पास, हाँ जी। तो दो मैरिड कपल कौन से हैं, ओ एल एंड एन एम, ओ एल देखो ओ एल भी नहीं है आपके पास, ठीक है, और एम एन शायद एम एन था, चेक कर लेते हैं, ठीक है, एन एम, एन एम भी नहीं है, एन एम, तो नन ऑफ दीज इसका आंसर आ जाएगा, ठीक है। चलिए नेक्स्ट देखते हैं अगला क्वेश्चन, हाउ इज ओ रिलेटेड टू क्यू, अब ओ जो है वो क्यू का क्या लगता है, तो देखना पड़ेगा जी ओ,
हाँ जी, ओ जो है वो क्यों का क्या लगता है? तो आपके पास इसके दादाजी लगते हैं, ग्रैंडफादर। तो बी ऑप्शन ग्रैंडफादर इसका आंसर यहां पे बन जाएगा। होपफुली बात आपको क्लियर है। नेक्स्ट बात करते हैं, आपके पास गीता करेक्टली रिमेंबर दैट हर फादर्स बर्थडे आफ्टर एट, आठ के बाद आता है बट बिफोर 12th। तो आठ के बाद आता है 9, 10, 11 और 12, ठीक है। देन आपके पास क्या है, आपके पास हर ब्रदर जितेंद्र करेक्टली, ये थी गीता और दूसरा इसका ब्रदर है जितेंद्र, करेक्टली रिमेंबर दैट देयर फादर बर्थडे आफ्टर 10th, 10 के बाद बट बिफोर 15। 10 के बाद मतलब 11, 12, 13 और 14। ऑन विच डे ऑफ जुलाई वॉज डेफिनेटली देयर फादर बर्थडे, तो इन दोनों के बीच में जो कॉमन डेट आती है वही इसका आंसर होता है। कॉमन डेट क्या है? 11। तो आंसर इज 11, ठीक है। नेक्स्ट आपके पास क्वेश्चन है, इसमें क्या है, when the following figure is folded from the cube, how many dots would be opposite to the face bearing the 5 dot? 5 के, अब तो इसको अपोजिट निकालने का तरीका यहाँ पे ये होता है, इसके अपोजिट ये आएगा, इसके अपोजिट यहाँ पे ये आएगा और इसके अपोजिट यहाँ पे ये आएगा। तो अगर 5 के अपोजिट 3 आ गया, सीधा आंसर 3 आ गया, ठीक है। नेक्स्ट क्वेश्चन देखते हैं, अगला क्वेश्चन में आपके पास क्या है, आर्ग्यूमेंट एजप्शन का क्वेश्चन है। इसमें क्या कहा गया है, डिक्लरेशन ऑफ डर्लिकेशन ऑफ ड्यूटी एंड इनडिसिप्लिन हैव कम्स टू स्टे इन द ऑर्गेनाइजेशन, ठीक है। ऑर्गेनाइजेशन इज बट द एम्प्लॉई आर, तो नहीं, पहला तो गलत है। सेकेंड है एम्प्लॉई आर एक्सपेक्टेड टू डू देयर ड्यूटी, हाँ बिल्कुल सही है, सेकेंड तो सही है। तो आंसर क्या आएगा, सेकेंड, ओनली सेकेंड आपका इसका आंसर यहाँ पर बनेगा। अगर बात करता हूँ नेक्स्ट क्वेश्चन की, पॉइंटिंग टू अ मैन, मैन की तरफ इशारा करके वुमेन बोलती है, मैन की तरफ इशारा करते हुए वुमेन ने कहा, मैन की तरफ इशारा करते हुए वुमेन ने क्या कहा, क्या कहा, सेज दैट ही इज द फादर इन, पॉइंटिंग टू अ मैन इन अ फोटोग्राफ, सेज ही इज द फादर इन लो ऑफ द वाइफ ऑफ द ओनली ग्रैंड सन ऑफ माई ओन फादर इन लो, मेरे फादर इन लो, मेरे फादर इन लो, ठीक है ना, माई फादर इन लो, आपके पास ओनली ग्रैंड सन, माई फादर इन लो के ओनली ग्रैंड सन, ठीक है, की वाइफ, ठीक है, यही कहा था आपके पास यहां पे। अब इसने क्या कहा, ही इज द, जो मैन है ही इज द फादर इन लो, ये जो मैन है वो फादर इन लो है, ससुर है, ऑफ द वाइफ ऑफ द ओनली ग्रैंड सन ऑफ माई ओन फादर इन लो, मेरे ससुर का बेटा जो है वो मेरे बेटे का क्या है, पापा है। इसका मीनिंग यहाँ पे ये निकला, हाउ इज द मैन रिलेटेड टू अ वुमेन, मैन जो है इस वुमेन का क्या लगता है, वो इसका लगता है हस्बैंड, वो इसका क्या लगता है, हस्बैंड। नेक्स्ट बात करते हैं, अगला क्वेश्चन ये रहा, नेक्स्ट क्वेश्चन में देखते हैं आपके पास क्या है। तो अगर मैं यहाँ पे बात करता हूँ तो 25, 21 और यहाँ पे है 17, तो यहाँ पे है 5 इंटू में प्लस ऑफ 7 बाई में 2। अगर 21 और 17 के बीच में गैप देखिए तो 4 का आता है
और 7 प्लस 5 कितना आता है 12, 12 बटा में 2 करते हैं कितना आता है 6, तो अगर हम 6 इंटू 4 करते हैं 24 सेंटर नंबर आता है। फिर आगे देखते हैं आपके पास 28 और माइनस ऑफ 25, ठीक है, और इंटू में 13 और 7 20, 13 प्लस 7 कितना है 20 बटा में 2, ठीक है, तो 25 और इसके बीच में 3 का गैप है और यहाँ पे 10 आ जाएगा तो कितना आएगा 30, तो लो जी आ गया। अब यहाँ पे भी यही करना पड़ेगा, 10 16 और 10 के बीच में 6 का गैप है और इंटू में आपके पास 2 और 8, 2 प्लस 8 और डिवाइडेड बाय 2, इंटू में आपके पास 5 कितना आएगा 30, तो इसका आंसर भी क्या आएगा 30 आपके पास यहाँ पे आंसर आ जाएगा, आंसर क्या आएगा 30। चलिए नेक्स्ट क्वेश्चन की बात करते हैं। कुनाल वॉक 10 किलोमीटर टुवर्ड नॉर्थ, कुनाल एक पर्टिकुलर पॉइंट में था, यहां से 10 किलोमीटर नॉर्थ की तरफ जाता है। देन ही वॉक फ्रॉम देयर ही वॉक 6 किलोमीटर टुवर्ड साउथ, अगर 6 किलोमीटर साउथ की तरफ आ जाता है तो यहां पे पहुंच जाता है 6 किलोमीटर। देन उसके आगे क्या है, देन टर्न, देन ही वॉक 3 किलोमीटर टुवर्ड ईस्टवर्ड, 3 किलोमीटर ईस्टवर्ड की तरफ जाता है, तो यहां पे 4 बच गया था। और आगे क्या है, हाउ फार, ठीक है, एंड इन विच डायरेक्शन इज ही विद रेफरेंस टू स्टार्टिंग पॉइंट, तो यहां से लेके यहां तक का जो डिस्टेंस था वो निकालना था। तो 3 का स्केयर 9, 4 का स्केयर 16, दोनों को ऐड करके 25, 25 का क्या गया 5, तो यहां से खड़े होके देखोगे तो नॉर्थ ईस्ट, ठीक है, 5 किलोमीटर नॉर्थ ईस्ट आपका यहाँ पे आंसर बन जाएगा जो कि रहेगा डी ऑप्शन, ठीक है। तो होपफुली यहां तक सारी की सारी चीजें आपको क्लियर हुई होंगी। जुड़ने के लिए बहुत बहुत धन्यवाद, थैंक यू गाइस। हेलो दोस्तों, स्वागत है आप सबका ज्ञानम के ऑनलाइन लर्निंग प्लेटफॉर्म पर, और आज के सेशन में हम डिस्कस करने वाले हैं आपके वीकली मॉक टेस्ट का क्वांट के पार्ट का सॉल्यूशन। मॉक नंबर है 87 आपके सामने, चलिए स्टार्ट करते हैं। देखिए सबसे फर्स्ट क्वेश्चन में क्या बोला गया, रवि एंड कुमार आर वर्किंग ऑन एन असाइनमेंट, रवि टेक्स 6 आवर्स टू टाइप 32 पेज ऑन ए कंप्यूटर, वाइल कुमार टेक्स 5 आवर्स टू टाइप 40 पेजेस, हाउ मच टाइम विल दे टेक वर्किंग टुगेदर ऑन टू डिफरेंट कंप्यूटर्स टू टाइप एन असाइनमेंट ऑफ 110 पेजेस। देखो सबसे पहले अगर हम रवि की बात करें तो जो रवि की एफिशिएंसी है वो क्या होगी, वो 6 घंटे में 32 पेज टाइप करता है, तो 1 आवर में कितने करेगा 32 डिवाइड बाय 6, 2 से डिवाइड करेंगे तो 16/3। ऐसे अगर हम कुमार की एफिशिएंसी की बात करें तो ये कितना हो जाएगा 40 डिवाइड बाय 5, तो 8 हो जाएगा। अगर आपको रवि और कुमार की एफिशिएंसी को कंबाइंड करने के लिए बोला जाता है तो 16/3 प्लस 8, एलसीएम लेंगे तो कितना हो जाएगा 8 इंटू 3 24 प्लस 16 40/3, टोटल कितना करना था 110 वर्क करना था, डिवाइड बाय 40 डिवाइड बाय जो 3 है इधर आकर क्या हो जाएगा मल्टीप्लाई हो जाएगा, तो 33/4 मतलब ये हो जाएगा 8/1/4, तो 8 आवर्स, और 1/4 का मतलब है 15 मिनट, तो 8 आवर्स 15 मिनट, ऑप्शन सी आपका इस क्वेश्चन का राइट आंसर होगा। चलिए नेक्स्ट क्वेश्चन क्या कह रहे, द इनकम ऑफ सुरेश एंड राकेश आर इन द 5:4 एंड देयर एक्सपेंडिचर आर इन द रेशियो 3:2। देखो एक्सपेंडिचर कितना था 5 और 4, हम कह सकते हैं कि किसने अगर 5 रुपए कमाए हैं तो 3 रुपए खर्च किए हैं, इसने 4 कमाकर 2 खर्च किए, मतलब दोनों ने 2 रुपए सेव किया है, और जो 2 यूनिट की वैल्यू है वो आपकी 6000 है, 2 यूनिट की वैल्यू 6000 है, तो 1 यूनिट की वैल्यू क्या होगी 3000 होगी, 1 यूनिट की वैल्यू क्या होगी 3000 होगी, तो अब 5 की वैल्यू क्या हो जाएगी, उसने पूछा देन सुरेश इनकम, तो 5 की वैल्यू आपकी क्या हो जाएगी 15000, ऑप्शन
बी इस क्वेश्चन का आपका राइट आंसर हो जाएगा। चलिए नेक्स्ट क्वेश्चन, नेक्स्ट क्वेश्चन में क्या कह रहा है, फोर पीपल आर रनिंग अराउंड ए सर्कुलर ग्राउंड फ्रॉम ए पॉइंट ऑन द सर्कमफेरेंस एट 9 एएम फॉर वन राउंड दिस फोर पर्सन टेक 40 50 एंड 30 मिनट्स। देखो आपको ऐसे क्वेश्चन में क्या करना है, सिर्फ एलसीएम लेना है 40 50 60 और 30। देखो 4 5 6 और 3, अगर मैं इन सब का एलसीएम लूं ठीक है तो इनका एलसीएम कितना बनता है 60 बनता है और पीछे जीरो है तो 600 हो जाएगा। 600 को डिवाइड बाय 60 करेंगे तो मतलब 10 आवर्स। ठीक है तो टोटल, क्योंकि जब भी ऐसा क्वेश्चन हो तो आपको सिंपली क्या करना है, सिर्फ एलसीएम लेना है तो टोटल 10 आवर्स लगेंगे। तो सुबह के 9 बजे से अगर शाम को अब आप अगले 10 घंटे की बात करोगे तो शाम को 7 बजे ठीक है, तो 7 PM इसका राइट आंसर होगा। हमेशा ऐसे क्वेश्चन में क्या करो, एलसीएम ले लो। नेक्स्ट में उमा स्टार्ट ए सॉफ्टवेयर बिजनेस बाय इन्वेस्टिंग 50,000। उमा ने एक बिजनेस स्टार्ट किया जिसमें 50,000 की इन्वेस्टमेंट की गई। आफ्टर 6 मंथ प्रिया ज्वाइन विद ए कैपिटल ऑफ 80,000। प्रिया ने ज्वाइन किया 80,000 के साथ। आफ्टर 3 ईयर्स दे अर्न ए प्रॉफिट ऑफ 24,500। व्हाट वाज द उमा शेयर? देखो टोटल बिजनेस चला था 3 साल के लिए, मतलब 36 महीनों के लिए। तो प्रिया का जो पैसा है वो सिर्फ 30 महीनों के लिए लगा था और उमा का पैसा पूरे 3 साल मतलब 36 मंथ के लिए लगा था। ठीक है अब अगर हम यहाँ से बात करें, देखो अगर रेशो बनाओगे तो 40 से 40 कैंसिल, 5 से डिवाइड करोगे तो ये इसको 6 पे करेगा, 6 इसको फिर 6 पे करेगा, 2 से डिवाइड करेंगे तो 3:4 तो टोटल कितना हो गया 7 और 7 यूनिट की वैल्यू ये है आपके पास। तो पहले इसको 3 पे और इसको 5 पे डिवाइड करेगा तो 1 यूनिट की वैल्यू क्या होगी 3500, तो 3 यूनिट की वैल्यू क्या हो जाएगी 10,500। ऑप्शन ए इस क्वेश्चन का आपका राइट आंसर होगा। चलिए स्टार्ट करते हैं नेक्स्ट क्वेश्चन। नेक्स्ट क्वेश्चन में क्या कह रहा है, दीपक वाज टू गेट ए 50% हाइक इन हिज पे बट द कंप्यूटर ऑपरेटर रॉन्गली टाइप द फिगर एज 80%। हम ये कह सकते हैं कि अगर उसकी सैलरी मान लो 100 रुपए थी तो हाइक होना था 50 का, तो मतलब सैलरी 150 होनी थी बट गलती से हो गई कितनी 80% का हाइक हो गया 180 हो गई। ठीक है उसके बाद क्या कह रहा है, ही रिसीव्ड दिस रिवाइज सैलरी फॉर द 3 मंथ्स। अगले 3 महीने उसको यही रिवाइज सैलरी मिली, मतलब हर महीने वो कितने रुपए ज्यादा ले रहा था, 30 रुपए कंपनी से ज्यादा ले रहा था। बिफोर द ऑर्गेनाइजेशन रियलाइज द मिस्टेक व्हाट परसेंट ऑफ हिज करेक्ट न्यू सैलरी विल गेट इन द 4th month इफ द एक्सेस पेड टू हिम इन द प्रीवियस 3 मंथ्स टू बी डिडक्टेड फ्रॉम द 4th month। देखो उसको मिलना कितना चाहिए था 150 ठीक है, बट मिल कितना रहा था 180, तो मतलब उसको 30 रुपीज पर मंथ एक्स्ट्रा मिले थे, तो 3 महीनों में उसको 90 रुपीज ज्यादा मिले हैं, तो 4th month में से यही तो डिडक्ट होगा, तो 4th month में उसको सिर्फ 60 रुपीज मिलेंगे आउट ऑफ 150। 30 से डिवाइड करेंगे तो 2/5, तो 2/5 मतलब 40% ही मिलेगा उसको सिर्फ। चलिए नेक्स्ट क्वेश्चन, इन एन एग्जामिनेशन देर आर 2000 कैंडिडेट आउट ऑफ विच 900 कैंडिडेट्स वर बॉयज एंड रेस्ट वर गर्ल्स। देखो 2000 कैंडिडेट हैं जिसमें से अगर बॉयज की बात करें तो 900 हैं और गर्ल्स की बात करें तो 1100 हैं। ठीक है अब क्या करें, 32% ऑफ द बॉयज एंड 38% ऑफ द गर्ल पास, फाइंड द नंबर ऑफ फेल्ड कैंडिडेट। अब देखो फेल्ड कैंडिडेट की बात करनी है, अगर फेल्ड कैंडिडेट की बात करें तो उसने क्या बोला है कि 32% कैंडिडेट पास हुए थे, तो हम कह सकते हैं कि 68% फेल हुए हैं
और 38% अगर आपके पास हुए हैं तो जो गर्ल्स हैं उसमें 62% फेल हुए हैं। देखो सॉल्व करेंगे, परसेंटेज से 20 कैंसिल, परसेंटेज से 20 कैंसिल, तो कैलकुलेट तो किसके रिस्पेक्ट में होगा, 2000 के रिस्पेक्ट में होगा इंटू 100, ठीक है। 9 इंटू 8 जब इसको मल्टीप्लाई करेंगे 9 को 8 से, 9 इंटू 8 72, कैरी 2 होगा 2 हो जाएगा, कैरी 7, 9 इंटू 6 54 प्लस 7 61, और 62 को 11 से मल्टीप्लाई करेंगे तो 286, तो टोटल कितना हो जाएगा आपका, ये हो जाएगा 4 9 12 1294। देखो 20 से 20 कैंसिल, 2 से डिवाइड करेंगे 10, तो पहले 647, तो मतलब ऑप्शन भी आ जाएगा आपका 64.7। चलिए नेक्स्ट क्वेश्चन, नेक्स्ट क्वेश्चन में क्या कह रहा है, किरण एंड योगेश पार्टनर्स इन ए बिजनेस, किरण कंट्रीब्यूट 1/4 ऑफ द कैपिटल फॉर 15 मंथ्स एंड योगेश रिसीव 2/3 ऑफ द प्रॉफिट, देन हाउ मच लॉन्ग योगेश इन्वेस्ट इन द बिजनेस। देखो किरण ने टोटल कैपिटल का 1/4 लगाया था, ठीक है, तो हम कह सकते हैं कि अगर किरण ने 1 लगाया था तो बाकी किसने लगाया था, ठीक है, योगेश ने लगाया होगा। किरण का जो पैसा है वो 15 मंथ्स के लिए लगा है, इसका पैसा मान लेते हैं चलो x मंथ्स के लिए लगा होगा, ठीक है। उसके बाद 2/3 ऑफ द प्रॉफिट, अगर इसको प्रॉफिट का 2 पार्ट मिला है तो इसको कितना मिला होगा, 1। देखो 1 की वैल्यू 15 है तो 2 की वैल्यू क्या होगी, 30, और 30 कब होगा जब x की वैल्यू 10 पुट करोगे, तो ऑप्शन सी आपका राइट आंसर होगा। चलिए नेक्स्ट क्वेश्चन, सोहन इन्वेस्ट 20,000 रुपीज इन फिक्स्ड डिपॉजिट एट द रेट ऑफ 10% सिंपल इंटरेस्ट, रेट ऑफ इंटरेस्ट कितना है 10% आफ्टर 3 इयर्स, आफ्टर एवरी 3rd ईयर ही एडिड इंटरेस्ट टू द प्रिंसिपल, फाइंड द इंटरेस्ट अर्न एट द एंड ऑफ 6th ईयर, तो 6th साल में उसको कितना इंटरेस्ट मिलेगा। देखो उसके पास पैसा कितना था 20,000, तो पहले 3 साल में उसने 30% इंटरेस्ट इसमें ऐड कर दिया, ठीक है, 30% किसका, 20,000 का, तो टोटल कितना हो गया 26,000 हो गया, क्योंकि यहां से उसको जो इंटरेस्ट मिलेगा वो 6,000 का मिलेगा। अब अगले 3 साल में फिर से इसके ऊपर वो 30%, तो मतलब इसका 30% 26 × 3 कितना हो जाएगा 78, तो ऑप्शन ए आपका इस क्वेश्चन का राइट आंसर होगा। आई होप क्लियर होगा ये क्वेश्चन। चलिए नेक्स्ट क्वेश्चन की बात करते हैं, नेक्स्ट क्वेश्चन में क्या कह रहा है, द रेशियो बिटवीन द स्कूल एज ऑफ नीलम एंड पूनम इज द 5:6, इफ द रेशियो बिटवीन 1/3 ऑफ नीलम एज एंड हाफ ऑफ पूनम एज इज द 5:9, देन व्हाट इज द एज ऑफ द पूनम। देखो दोनों ही केस में आपको सिर्फ क्या दे रखा है, रेशियो दे रखा है, ठीक है, तो डाटा ही कंप्लीट नहीं है, तो इस क्वेश्चन का आंसर तो एग्जैक्ट हम बता ही नहीं सकते, जब तक डाटा ही आपके पास कंप्लीट नहीं होगा तो आप क्या इसका आंसर नहीं बता सकते। एग्जैक्ट हम रेशियो ही निकाल सकते हैं, नंबर में एज नहीं बता सकते, जैसे 25-30 दे रखा है नहीं बता सकते। चलो नेक्स्ट क्वेश्चन, नेक्स्ट क्वेश्चन में क्या कह रहा है, क्रिकेटर की बात कर रहा है, उसने क्या बोला, ए क्रिकेटर हैड ए सर्टेन एवरेज ऑफ रन फॉर हिज 64th इनिंग, इन द 65th इनिंग ही बोल्ड आउट फॉर नो स्कोर आउट ऑफ हिज पार्क, दिस बिगिंस डाउन टू हिज एवरेज बाय 2 रन हिज न्यू एवरेज। देखो 64th इनिंग तक अगर आप उसका एवरेज एक्स मान लेते हो तो टोटल रन इतने हो गए, नेक्स्ट इनिंग में 0 पे आउट हो गया, तो एवरेज कितना हो गया 65 × x − 2, तो 64x और 65x का वैल्यू क्या आ गई 130, तो 130 तो पहले का एवरेज था, न्यू एवरेज उससे 2 कम है तो कितना हो जाएगा 128 हो जाएगा,
नेक्स्ट क्वेश्चन, ए सेल्स ए कार प्राइस एज 36,000, ही गिव्स ए डिस्काउंट ऑफ 8% ऑन द फर्स्ट 20,000. पहले 20,000 के ऊपर उसने 8% का डिस्काउंट दिया है, मतलब देखो इसका अगर मैं एक परसेंट की बात करूं तो 1% 200 है, तो 8% मतलब 1600 रुपए का डिस्काउंट दिया. 2000 के ऊपर अगर मैं 16% का डिस्काउंट 1600 रुपए का डिस्काउंट देता हूं, तो मतलब मैंने वो 18,400 रुपए में वो आर्टिकल सेल किया था. फिर अगला आर्टिकल 16,000 प्राइस था, उसके ऊपर उसने 5% का डिस्काउंट दिया, इसका 5% मतलब 800 रुपए, तो 15,200 रुपए. मतलब जो 36,000 का आर्टिकल था वो मैंने कितने में सेल किया, 33,600 में. मतलब जो आर्टिकल ए है वो इस प्राइस पे सेल किया गया. अगर ऑप्शंस को ध्यान से देखो तो एक ही ऑप्शन ऐसा था जिसमें प्राइस क्या था, 33,600 ए के लिए. तो सेकंड को कैलकुलेट करने की जरूरत ही नहीं पड़ी अपने को. मिस्टर एक्स स्पेंड 1/4 ऑफ हिज इनकम ऑन फूड एंड 1/3 लेस देन व्हाट ही स्पेंड ऑन फूड ऑन द एजुकेशन ऑफ हिज चिल्ड्रन. What fraction of his income did he spend on food and education? तो total का कितने percent उसने food और education पे खर्च किया था वो हमें बताना है. ठीक है, अब देखो अगर total को कुछ भी मान लो, ठीक है Mr. X है तो उसकी income को भी X ही मान लेते हैं. चलो total income कितनी है, X है. तो सबसे पहले अगर मैं बात करूं food के ऊपर उसने कितना खर्च किया था, 1/4 of X, मतलब food के ऊपर उसने खर्च कितना किया है, X by 4 खर्च किया है. food के ऊपर कितना खर्च किया है, X by 4. उसके बाद क्या कह रहे हैं, एंड 1/3 लेस देन व्हाट ही स्पेंड ऑन फूड. और जितना उसने फूड पे स्पेंड किया था उसने एजुकेशन पे, मतलब x बाय 4 माइनस इसका भी 1/3, तो x बाय 4 माइनस x बाय 12, एलसीएम लेंगे तो 12 हो जाएगा, तो 3x माइनस x, तो x बाय 6. तो यहां से कितना आ गया, क्योंकि देखो 2x by 12 बनेगा, तो यहां उसने कितना खर्च किया, x by 6 खर्च किया है. तो उसने पूछा था कि दोनों के ऊपर उसने कितना खर्च किया है, तो बस x by 4 plus x by 6, एलसीएम लेंगे तो कितना होगा 12, ये हो जाएगा 3x और ये हो जाएगा 2x, तो 5x by 12, तो मतलब 5 by 12 पार्ट. ऑप्शन सी आपका राइट आंसर होगा. नेक्स्ट क्वेश्चन, चलिए ये लास्ट क्वेश्चन था. आई होप ये सभी क्वेश्चन आप लोगों को अच्छे से क्लियर होंगे. अगर किसी भी बच्चे का किसी क्वेश्चन में कोई भी डाउट है तो आप अपना डाउट कमेंट बॉक्स में बता सकते हैं. लेट्स कम टू द इंग्लिश मॉक ऑफ दिस सेशन. लेट्स सी व्हाट वी हैव इन स्टोर एज पर द इंग्लिश मॉक. सबसे पहले आया सेंटेंस इंप्रूवमेंट. इट सेज द प्लान ब्रोक ओपन फॉर द वॉन्ट ऑफ फंड्स. ब्रोक ओपन आया वो रॉन्ग है. आंसर शुड बी ब्रोक डाउन. जो प्लान था ना खराब हो गया, फेल हो गया, ब्रोक डाउन. The plane touched down Heathrow at 6 p.m. on schedule. ये बिल्कुल सही है, on schedule ही आएगा. The summer has set in. अब देखिए जरा, जब आप set in की बात करते हैं तो set in का मतलब होता है कोई चीज start हो गई है. तो क्या आ जाएगा, वो set in हो गया. और setup का मतलब रचना हो गया है ना, तो मैंने एक setup करा है. I cannot put up. मैं रह नहीं सकता इस nasty fellow के साथ. ये है आपके पास idioms. The dispute regarding the emoluments of junior doctors came to a head. खत्म हो गया, reached a crisis. मतलब एक तरह से अब तो आपे से बाहर ही हो गया. He is a strange fellow. It is very difficult to deal with him. It seems that he has a bee in his bonnet. का मतलब has got an obsession about something. कि भाई किसी चीज में तो अपने आप के बारे में रखता ही है.
इसमें आपको बताना ऑपोजिट विच मीन्स एंटोनिम्स बताने हैं. द फैक्ट्स ऑफ द केस वर ऑब्स्क्योर्ड बाय द स्पीच ऑफ द डिफेंस काउंसिल. ऑब्स्क्योर्ड का ऑपोजिट बताना है विच मीन्स क्लैरिफाइड, मतलब उन्होंने ऑब्स्क्योर मतलब बताए नहीं थे. ड्यू टू हिज एक्सेसिव क्राफ्टीनेस ही अचीव्ड सक्सेस बट लॉस्ट फ्रेंड्स. तो क्राफ्टीनेस का मतलब होता है तेज तरार, वो जो बहुत ज्यादा नेगेटिव सा था उसको ऑपोजिट बिल्कुल बनावटी नहीं है, उसमें सिंप्लिसिटी है, फ्रैंक. द डिपार्टमेंट हैज बीन रनिंग दिस प्रोग्राम फॉर द लास्ट फॉर द पास्ट टू ईयर्स. आई एम थिंकिंग ऑफ डूइंग एमए. थिंकिंग टू डू नहीं, सोच रहा हूं ये करने की. तो की को मतलब ही ऑफ बोलते हैं. करेक्ट सेंटेंस निकालना है. वी डिस्कस्ड के साथ अबाउट नहीं लगता, ऑफ नहीं लगता, डिस्कस द मैटर ऑन भी नहीं लगता, नाउन में लगता डिस्कशन ऑन, डिस्कशन अबाउट. इफ सुनील इज प्रेजेंटेड, नो. इफ सुनील वर प्रेजेंट, इफ विल तो नहीं आएगा, हैज बीन नहीं, इज बी नहीं. देयर वी गो.